ਹੀ ਹਾਜ਼ਰ ਹੈ ਜੱਜ ਦਾ ਵਿਚਾਰ। सत श्री अकाल जी, प्राइम एशिया टीवी ते प्रोग्राम चज दा विचार लेके हाजिर हो गए हां। मैं हां हरमनप्रीत हिंद ते हर रोज दी तरह मेरे नाल हाजिर ने स्वरण सिंह टाणा जी। सत श्री अकाल। सत श्री अकाल जी, बिल्कुल ठीक हो? हां जी ठीक हां। बहुत चंगा लग रहा अज ना इस स्थान दे उत्ते बैठ के ते इस तरीके दे नाल ना असी प्रोग्राम दी पेशकारी पहली बार कर रहे हां जी। ते एक फनकार दे घर दे विच आके असी बहुत सारे साथियों दे घर दे विच गए हां, बहुत सारे कलाकार साडे विहड़े दे विच स्टूडियो दे विच आए हां, पर जिहड़ी थां दे उत्ते असी इस वक्त बैठे हां इह लोहियां लोहियां खेतर दे विच असी हैगे हां। ते इत्थे इक इहो जिही फनकारा जिदे बाबत मैं दावे नाल कह सकदा कि 90% दर्शकां नूं बिल्कुल नहीं पता होना जी उहनां दी गायकी किन्नी कमाल दी है, उन्हां दी शख्सियत किहो जी है, उन्हां दी आर्थिक हालात किहो जे है। बहुत सारियां गल्लां जिहड़ियां उभर के सामने आउणियां चाहीदियां, पर क्योंकि अजकल तड़क भड़क दा जमाना, जो दिसदा उही विकदा, इस करके गोदड़ी दे जिहड़े असल लाल आ उह परे हो जांदे आ साडियां अक्खां तों, उह साडी नज़र दे विच नहीं आउंदे गे जी। और इसे लई असीं चाहुंदे सी वी इन्हां दे वल वी ध्यान जरूर जाए, जिहड़ियां गल्लां इस ते लुकियां होईयां ने उह जरूर सामने आउण, जिहड़े भेत हाले तक बरकरार ने उह भेत जरूर असीं कोशिश करांगे कि खोल के ਤੁਹਾਡੇ ਮੋਰੇ ਰੱਖੀਏ। ਔਰ ਇਸ ਲਈ ਅੱਜ ਅਸੀਂ ਉਹਨਾਂ ਦੇ ਘਰ ਦੇ ਵਿੱਚ ਪਹੁੰਚੇ ਹਾਂ। ਬਿਲਕੁਲ ਜੀ, ਅਸੀਂ ਪਹੁੰਚੇ ਹੋਏ ਹਾਂ ਸੈਦਾ ਬੇਗਮ ਦੇ ਘਰ ਜੀ। ਸੈਦਾ ਬੇਗਮ ਦਾ ਪੰਜਾਬੀ ਗਾਇਕੀ ਦੇ ਵਿੱਚ ਖਾਸ ਕਰਕੇ ਉਹਨਾਂ ਲੋਕਾਂ ਨੂੰ ਪਤਾ ਜਿਹੜੇ ਲੋਕ ਚੰਗਾ ਸੁਣਨ ਦੇ ਆਸ਼ਿਕ ਆ, ਜਿਹੜੇ ਲੋਕਾਂ ਨੂੰ ਪਤਾ ਕਿ ਕਲਾਮ ਕੀ ਹੁੰਦਾ, ਸੁਰ ਤਾਲ ਦੀ ਗਾਇਕੀ ਕੀ ਹੁੰਦੀ ਆ। ਸੈਦਾ ਬੇਗਮ ਦੀਆਂ ਕੈਸਟਾਂ ਨਹੀਂ ਆਈਆਂ, ਸੈਦਾ ਬੇਗਮ ਦੀਆਂ ਕਦੇ ਸੀਡੀਆਂ ਨਹੀਂ ਆਈਆਂ, ਯੂਟਿਊਬ ਦੇ ਉੱਤੇ ਉਹਨਾਂ ਦੇ ਕੁਝ ਕੁ ਗਾਣੇ ਪਏ ਆ ਜਿਹੜੇ ਵੱਖ ਵੱਖ ਮੇਲਿਆਂ ਦੇ ਵਿੱਚ ਵੱਖ ਵੱਖ ਥਾਵਾਂ ਦੇ ਉੱਤੇ ਜਾ ਕੇ ਉਹਨਾਂ ਨੇ ਪੇਸ਼ ਕੀਤੇ ਆ। ਪਰ ਜਿਵੇਂ ਕਹਿੰਦੇ ਹੁੰਦੇ ਨਾ, ਵਪਾਰਕ ਦੌਰ ਦੇ ਵਿੱਚ ਉਹਨਾਂ ਨੇ ਉਹੋ ਜਿਹੀ ਤੜਕ ਭੜਕ ਵਾਲੀ ਗਾਇਕੀ ਨਹੀਂ ਪੇਸ਼ ਕੀਤੀ। ਅਤੇ ਇਸੇ ਕਰਕੇ ਜੋ ਤੁਸੀਂ ਮਗਰਲੇ ਪਾਸੇ ਹਾਲਾਤ ਦੇਖ ਰਹੇ ਹੋ, ਜੋ ਤੁਹਾਨੂੰ ਅਸੀਂ ਘਰ ਦੇ ਦ੍ਰਿਸ਼ ਵੀ ਦਿਖਾਵਾਂਗੇ, ਉਹ ਕਿਹੋ ਜਿਹਾ ਘਰ ਆ ਅਤੇ ਉਹ ਕਿਹੋ ਜਿਹੇ ਆਰਥਿਕ ਮੰਦਵਾੜੇ ਵਾਲੇ ਹਾਲਾਤ ਆ, ਇਹ ਤੁਸੀਂ ਆਪਣੇ ਅੱਖੀਂ ਦੇਖ ਸਕਦੇ ਹੋ। ਸਾਰਾ ਕੁਝ ਪਤਾ ਕਿਉਂ ਆ? ਕਿਉਂਕਿ ਚੰਗੀ ਗਾਇਕੀ ਨਾਲ ਜੁੜੇ ਹੋਏ ਆ, ਕਿਉਂਕਿ ਅਸਲ ਦੇ ਵਿੱਚ ਸੁਰਤਾਲ ਦੇ ਨਾਲ ਇਹ ਰਿਸ਼ਤਾ ਰੱਖਦੇ ਨੇ। ਬਿਲਕੁਲ ਜੀ, ਤੇ ਅਸੀਂ ਸੈਦਾ ਬੇਗਮ ਹੋਰਾਂ ਦੀ ਸਥਿਤੀ ਆ ਜਿਹੜੀ ਅੱਜ ਦੀ, ਜੋ ਕੱਲ ਦੀ ਸੀ ਤੇ ਜੋ ਇਹ ਕੁਝ ਭਲਕ ਬਾਰੇ ਸੋਚਦੇ ਆ ਉਹਦੇ ਮੁਤਲਕ ਗੱਲਬਾਤ ਕਰਾਂਗੇ। ਮੈਂ ਨਾ 10 ਵਰੇ ਪਹਿਲਾਂ ਇਹਨਾਂ ਨੂੰ ਬਹੁਤ ਵਾਰ ਸੁਣਿਆ, ਵੱਖ ਵੱਖ ਮੇਲਿਆਂ ਦੇ ਵਿੱਚ ਸੁਣਿਆ, ਵੱਖ ਵੱਖ ਥਾਵਾਂ ਦੇ ਉੱਤੇ ਇਹਨਾਂ ਦੀਆਂ ਚੰਗੀਆਂ ਭਾਵਪੂਰਤ ਪੇਸ਼ਕਾਰੀਆਂ ਦੇਖੀਆਂ। ਬੁੱਲੇ ਸ਼ਾਹ ਦੇ ਕਲਾਮ ਇਹ ਨਿੱਠ ਕੇ ਗਾਉਂਦੇ ਰਹੇ ਆ, ਹੁਣ ਵੀ ਗਾਉਂਦੇ ਆ, ਪਰ ਕਈ ਵਾਰ ਕਈ ਤਰ੍ਹਾਂ ਦੀਆਂ ਤਬਦੀਲੀਆਂ ਆਉਂਦੀਆਂ, ਸਥਿਤੀਆਂ ਬਦਲ ਜਾਂਦੀਆਂ। ਗੱਲਬਾਤ ਕਰਦੇ ਹਾਂ ਆਪਾਂ ਸੈਦਾ ਬੇਗਮ ਜੀ ਦੇ ਨਾਲ। ਭੈਣ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਸਾਨੂੰ ਸਮਾਂ ਦਿੱਤਾ ਤੇ ਸਾਨੂੰ ਬੜਾ ਚੰਗਾ ਲੱਗ ਰਿਹਾ, ਬੜੇ ਲੰਮੇ ਸਮੇਂ ਬਾਅਦ ਆਪਾਂ ਮਿਲੇ ਹਾਂ। ਸ਼ੁਕਰੀਆ ਜੀ, ਬਹੁਤ ਬਹੁਤ ਮੈਂ ਧੰਨਵਾਦ ਕਰਦੀ ਹਾਂ ਜੀ, ਜਿਹੜਾ ਤੁਸੀਂ ਚੈਨਲ ਵਾਲੇ ਹੋ ਮੈਨੂੰ ਯਾਦ ਕੀਤਾ ਜੀ ਤੁਸੀਂ, ਤੇ ਮੈਂ ਲੱਖ ਲੱਖ ਸ਼ੁਕਰਗੁਜ਼ਾਰ ਕਰਦੀ ਹਾਂ ਜੀ। ਤੁਸੀਂ ਕਿਵੇਂ ਚੱਲਦੀ ਭੈਣ ਜੀ, ਜ਼ਿੰਦਗੀ ਕਿਵੇਂ ਚੱਲਦੀ ਹੈ? ਜ਼ਿੰਦਗੀ ਇੱਦਾਂ ਕੁਛ ਥੋੜ੍ਹਾ ਜਿਹਾ ਠਾਂ ਹੋ ਜਾਂਦੀ, ਕੁਛ ਤਾਂ ਹੋ ਜਾਂਦੀ ਹੈ, ਅਤੇ ਸਮਾਂ ਕੁਛ ਬਸ ਇਹ ਹੁੰਦਾ ਕਿ ਥੋੜ੍ਹੀ ਜਿਹੀ ਤੰਦਰੁਸਤੀ ਰੱਖੇ ਦਾ ਤਾਂ, ਤੇ ਫਿਰ ਤਾਂ ਸਮੇਂ ਸਾਰੇ ਸਹੀ ਚੱਲਦੇ ਰਹਿੰਦੇ ਨੇ। ਹੈ ਕਿ ਜ਼ਿਆਦਾ ਤੰਦਰੁਸਤੀ ਵੱਡੀ ਹੈ ਜੀ, ਸਭ ਤੋਂ ਵੱਡੀ ਤੰਦਰੁਸਤੀ ਦੇ ਨਾਲ ਦੀ ਦੌਲਤ ਕਿਤੇ ਨਹੀਂ। ਹਾਂ, ਕਿ ਸਿਹਤ ਆ ਤੇ ਸੰਗੀਤ ਹਰ ਇੱਕ ਚੀਜ਼ ਉਹਦੇ ਨਾਲ ਆ ਜੀ। ਬਾਕੀ ਜਿਹੜੀਆਂ ਘਰਾਂ ਦੀਆਂ ਔਰ ਕੋਈ ਫਿਕਰ ਫਾਕੇ ਨਹੀਂ ਹੁੰਦੇ ਨੇ, ਉਹ ਥੋੜ੍ਹਾ ਜਿਹਾ ਪਲਟੇ ਮਾਰ ਜਾਂਦੇ ਨੇ। ਬਿਲਕੁਲ ਸਹੀ। ਹੈ ਤੇ ਜਿਹੜਾ ਸੰਗੀਤ ਆ ਉਹ ਤਾਂ ਤੁਹਾਨੂੰ ਪਤਾ ਹੀ ਹੈ ਵੀ ਜਿਸ ਤਰ੍ਹਾਂ ਚੱਲ ਰਿਹਾ ਵਾ। ਤੁਸੀਂ ਆਪ ਹੀ ਅੱਗੇ ਗੱਲ ਕੀਤੀ ਆ ਕਿ ਅਸੀਂ ਸੁਣਦੇ ਉਹਨਾਂ ਨੂੰ ਬੜੀ ਦੇਰ ਪਿੱਛੋਂ ਸੁਣਦੇ ਆ ਰਹੇ ਹਾਂ, ਤੇ ਸੁਣਿਆ ਵੀ ਆ, ਤੇ ਹੁਣ ਥੋੜ੍ਹਾ ਜਿਹਾ ਕਮੀ ਥੋੜ੍ਹੀ ਜਿਹੀ ਲੱਗਦੀ ਆ ਮੈਨੂੰ ਵੀ, ਆਪ ਨੂੰ ਵੀ ਲੱਗਦੀ ਆ, ਕਿ ਜਿਹੜੇ ਮੈਨੂੰ ਮਹੀਨੇ ਵਿੱਚ ਦੋ ਦੋ ਦਸ ਪੰਜ ਪੰਜ ਸੱਤ ਸੱਤ ਪ੍ਰੋਗਰਾਮ ਆਉਂਦੇ ਸੀਗੇ, ਉਹ ਹੁਣ ਥੋੜ੍ਹੇ ਜਿਹੇ ਪਿੱਛੇ ਨੂੰ ਚਲੇ ਗਏ, ਕਿਉਂਕਿ ਕਿ ਜਿਹੜੇ ਨੱਚਣ ਟੱਪਣ ਵਾਲੇ ਗੀਤ ਆ ਕੋਈ ਆਮ ਹੀ ਜਿਹੜੇ ਲੋਕ ਗਾਈ ਜਾਂਦੇ ਅਤੇ ਪੈਸਾ ਦੇ ਦੇ ਗਾਈ ਜਾਂਦੇ ਨੇ, ਕਿਉਂ ਪੈਸਾ ਇੱਕ ਐਸੀ ਚੀਜ਼ ਆ ਉਹ ਬੰਦੇ ਨੂੰ ਮਸ਼ਹੂਰ ਵੀ ਕਰਦਾ। ਜੀ ਇੱਕ ਨਾ ਕੌੜੀ ਗੱਲ ਆ, ਮਾਫ ਕਰਨਾ, ਇਹ ਮੈਨੂੰ ਪਤਾ ਨਹੀਂ ਕਹਿਣੀ ਚਾਹੀਦੀ ਕਿ ਨਹੀਂ, ਜਦੋਂ ਅਸੀਂ ਤੁਹਾਡੇ ਘਰ ਦੇ ਅੰਦਰ ਦਾਖਲ ਹੋਏ ਆ, ਗੁਰਬਤ ਦਿਸਦੀ ਆ ਵੀ ਤੁਸੀਂ ਅੱਜ ਦੀ ਤਰੀਕ ਦੇ ਵਿੱਚ ਕੀ ਆਪਣੇ ਮਨ ਦੇ ਉੱਤੇ ਤਨ ਦੇ ਉੱਤੇ ਹੰਡਾ ਰਹੇ ਹੋਵੋਗੇ, ਇਹ ਚੰਗੀ ਗਾਇਕੀ ਦੇ ਕਰਕੇ ਆ ਸਾਰਾ ਕੁਝ ਜਾਂ ਕੋਈ ਹੋਰ ਕਾਰਨ ਆ ਇਹਦੇ ਪਿੱਛੇ ਜ਼ਿੰਮੇਵਾਰ? ਹਾਂ ਦੇਖੋ ਨਾ, ਗਾਇਕੀ ਤਾਂ ਹਰ ਵੇਲੇ ਚੰਗੀ ਹੁੰਦੀ ਹੈ, ਕਿਉਂ ਪੀਰਾਂ ਉਸਤਾਦਾਂ ਦੇ ਨਾਲ ਆਪਾਂ ਜੁੜੇ ਹੋਏ ਹਾਂ, ਜਿਹਨਾਂ ਨੇ ਸੁਰਾਂ ਦੇ ਨਾਲ ਜਿਹਨਾਂ ਨੇ ਸਿਖਾਇਆ ਸਾਨੂੰ, ਉਹਨਾਂ ਦੇ ਅਸੀਂ ਸੰਗੀਤ ਜਿਹੜਾ ਸਾਡਾ ਅਸੀਂ ਇਸ਼ਕ ਦੇ ਨਾਲ ਗਾਉਣਾ ਜਿਹੜਾ ਵਾ ਉਹ ਉਸੇ ਤਾਰ 'ਚ ਗਾਉਂਦੇ ਰਹੀਏ, ਅਤੇ ਕਦੀ
ਗਰੀਬ ਵੀ ਹੁੰਦਾ ਬੰਦਾ ਤੇ ਅਮੀਰ ਵੀ ਹੁੰਦਾ ਵਾ ਕਦੀ ਚੰਗਾ ਵੀ ਆ ਟਾਈਮ ਮਾੜਾ ਵੀ ਹੁੰਦਾ ਹੈ ਨਾ ਤੇ ਜੇ ਅਸੀਂ ਆਪਣੇ ਸੰਗੀਤ ਨੂੰ ਇਸ਼ਕ ਦੇ ਨਾਲ ਗਾਵਾਂਗੇ ਤੇ ਉਹ ਤਾਂ ਬਹੁਤ ਹੀ ਅੱਛਾ ਵਾ ਬੜਾ ਸੋਧ ਕੇ ਗਾਵਾਂਗੇ ਤਾਂ ਉਹ ਬਹੁਤ ਹੀ ਅੱਛਾ ਵਾ ਭੈਣ ਜੀ ਤੁਸੀਂ ਪਟਿਆਲਾ ਘਰਾਣੇ ਨਾਲ ਸੰਬੰਧ ਰੱਖਦੇ ਹੋ ਹਾਂ ਪਟਿਆਲਾ ਘਰਾਣੇ ਦਾ ਬਹੁਤ ਵੱਡਾ ਨਾਂ ਪੰਜਾਬੀ ਗਾਇਕੀ ਦੇ ਵਿੱਚ ਸੰਗੀਤ ਖੇਤਰ ਦੇ ਵਿੱਚ ਹਾਂਜੀ ਤੁਹਾਡੇ ਪਿਤਾ ਜੀ ਵੀ ਗਾਉਂਦੇ ਸੀ ਤੁਹਾਡੇ ਦਾਦਾ ਜੀ ਵੀ ਗਾਉਂਦੇ ਸੀ ਹਾਂਜੀ ਤੁਸੀਂ ਮੇਰੇ ਖਿਆਲ ਚਾਰ ਭੈਣਾਂ ਹੋ ਕਿਹੜੇ ਵਰੇ ਤੋਂ ਸਟੇਜਾਂ ਦੇ ਉੱਤੇ ਜਾਣਾ ਸ਼ੁਰੂ ਕਰਤਾ ਸੀ ਮੈਂ ਸਟੇਜਾਂ ਤੇ ਜਾਣਾ ਸ਼ੁਰੂ ਕੀਤਾ ਜਾਣੀ ਕਿ ਕਿੰਨੀ ਕੁ ਉਮਰ ਸੀ ਤੁਹਾਡੀ ਉਦੋਂ ਉਮਰ ਮੇਰੀ ਹੋਊਗੀ 25 ਸਾਲ ਦੀ ਹੋਊਗੀ 25 ਸਾਲ ਤੋਂ ਤੁਸੀਂ ਸਟੇਜਾਂ ਦੇ ਉੱਤੇ ਜਾਣਾ ਸ਼ੁਰੂ ਕਰਤਾ ਸੀ ਤੇ ਫਿਰ ਉਦੋਂ ਨਾਲ ਤੁਹਾਡੇ ਪਿਤਾ ਜੀ ਜਾਂਦੇ ਸੀ ਮਾਤਾ ਜੀ ਜਾਂਦੇ ਸੀ ਜਾਂ ਪਰਿਵਾਰ ਦਾ ਕਿਹੜਾ ਜੀ ਜਾਂਦਾ ਸੀ ਨਹੀਂ ਮੇਰੇ ਘਰ ਵਾਲਾ ਜਾਂਦਾ ਸੀ ਅੱਛਾ ਹਾਂ ਜਿਹਨਾਂ ਦਾ ਨਾਮ ਨੇਕ ਸੀ ਹਾਂ ਨੇਕ ਜੀ ਇਹ ਸ਼ੌਂਕ ਤੁਹਾਨੂੰ ਹੀ ਸੀ ਕਿ ਤੁਸੀਂ ਸਟੇਜਾਂ ਦੇ ਉੱਪਰ ਜਾ ਕੇ ਆਪਣੀ ਗਾਇਕੀ ਦਾ ਹੁਨਰ ਲੋਕਾਂ ਨੂੰ ਵਿਖਾਉਣਾ ਹੈ ਜਾਂ ਇਹਦੇ ਪਿੱਛੇ ਕੋਈ ਹੋਰ ਕਾਰਨ ਸੀ ਤੁਹਾਡੇ ਘਰ ਵਾਲੇ ਨੇ ਕਿਹਾ ਹੋਵੇ ਜਾਂ ਪਰਿਵਾਰਕ ਜ਼ਰੂਰ 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 ਇਸ ਤਰ੍ਹਾਂ ਸੀ ਮੇਰੇ ਪਾਪਾ ਜੀ ਉਸਤਾਦ ਜੀ ਬਸ਼ੀਰ ਮੁਹੰਮਦ ਜੀ ਜੀ ਉਹਨਾਂ ਦਾ ਵੀ ਬਹੁਤ ਆਸ਼ੀਰਵਾਦ ਸੀਗਾ ਉਹਨਾਂ ਨੇ ਵੀ ਕਹਿਣਾ ਵੀ ਤੂੰ ਵੀ ਸਾਡੇ ਵਿੱਚੋਂ ਨਿਕਲ ਕੇ ਥੋੜ੍ਹਾ ਜਿਹਾ ਕੋਈ ਸਾਈਡ ਦੇ ਉੱਤੇ ਗਾਣਾ ਜ਼ਰੂਰ ਇਹਨੂੰ ਗਾਣੇ ਨੂੰ ਖਤਮ ਨਾ ਕਰੀ ਜਿਹਨਾਂ ਨੇ ਮੈਨੂੰ ਸਿਖਾਇਆ ਮੇਰੇ ਪਾਪਾ ਜੀ ਨੇ ਤਾਂ ਫਿਰ ਬਾਅਦ 'ਚ ਮੇਰੇ ਘਰ ਵਾਲੇ ਸੀ ਉਹਨਾਂ ਦਾ ਵੀ ਸ਼ੌਂਕ ਇੱਦਾਂ ਸੀ ਉਹ ਸੁਣਵਈਆ ਬੜਾ ਸੀਗਾ ਉਹਨਾਂ ਨੂੰ ਪਤਾ ਲੱਗਿਆ ਵੀ ਇਹਨੂੰ ਸੁਰਾਂ ਦੇ ਨਾਲ ਪਿਆਰ ਆ ਵੀ ਛੋਟੀ ਹੁੰਦੀ ਨੂੰ ਬਾਬਾ ਦੇਰ ਤੋਂ ਮੈਂ ਤਾਂ ਉਮਰ ਤਾਂ ਵੀ ਥੋੜ੍ਹਾ ਜਿਹਾ ਵੱਡਾ ਹੀ ਸੀਗਾ ਮੇਰੇ ਘਰ ਵਾਲਾ ਉਹ ਛੋਟਿਆਂ ਦੇ ਸੁਣਦਾ ਸੁਣਦਾ ਫਿਰ ਮਤਲਬ ਉਹਨੂੰ ਇਸ਼ਕ ਸੀ ਉਹਨੇ ਕਹਿਣਾ ਚੱਲ ਠੀਕ ਹੈ ਵੀ ਹੋਰਨਾਂ ਕੰਮਾਂ ਕਾਰਾਂ 'ਚ ਕੀ ਰੱਖਿਆ ਹੋਇਆ ਆਪਣੇ ਤੁਹਾਨੂੰ ਪਤਾ ਹੀ ਹੈ ਜਿੱਦਾਂ ਸਾਡੇ ਕੰਮ ਕਾਰ ਹੁੰਦੇ ਬੀਬੀਆਂ ਰਾਣੀਆਂ ਦੇ ਅਤੇ ਵੀ ਤੂੰ ਆਪਣਾ ਗਾਣੇ ਨਿਸ਼ਕ ਕਰਤੇ ਤੈਨੂੰ ਮਾਲਕ ਤੰਦਰੁਸਤੀ ਦੇਵੇ ਪੜ੍ਹੇ ਕਿੰਨਾ ਪੜ੍ਹੀ ਮੈਂ 5 ਕੁ ਜਮਾਤਾਂ ਵਾ ਸੀ ਅੱਛਾ ਸਕੂਲ ਜਾਣ ਨੂੰ ਜੀ ਨਹੀਂ ਸੀ ਕਰਦਾ ਕਿ ਗਾਇਕੀ ਦੇ ਵੱਲ ਇੰਨੀ ਲਗਨ ਸੀ ਵੀ ਉਧਰੋਂ ਧਿਆਨ ਹੀ ਪਰੇ ਕਰ ਲਿਆ ਨਹੀਂ ਨਹੀਂ ਮਤਲਬ ਇੱਦਾਂ ਸੀ ਵੀ ਇੱਕ ਮਾਂ ਪਿਓ ਦੀ ਮਜਬੂਰੀ ਸੀਗੀ ਵੀ ਮਤਲਬ ਕੰਮ ਕਾਰ ਕਰਨ ਵਾਲੀ ਮੈਂ ਹੀ ਸੀ ਉਹਨਾਂ ਦੇ ਵਿੱਚ ਤੇ ਦੂਸਰੀਆਂ ਭੈਣਾਂ ਇੱਕ ਭੈਣ ਵਿਆਹੀ ਸੀ ਇੱਕ ਭੈਣ ਬਿਲਕੁਲ ਛੋਟੀ ਜੀ ਸੀ ਤੇ ਉਹ ਆਪ ਬਾਹਰ ਚਲੇ ਜਾਂਦੀ ਸੀ ਤੇ ਪੜ੍ਹਨਾ ਕਿੰਨੇ ਸੀਗਾ 25ਵੇਂ ਵਰੇ ਦੇ ਵਿੱਚ ਜਦੋਂ ਪਹਿਲੀ ਵਾਰ ਮੰਚ ਤੇ ਗਏ ਸਟੇਜ ਤੇ ਗਏ ਹਾਂਜੀ ਕਿਹੜਾ ਪਹਿਲਾ ਗੀਤ ਸੀ ਗੀਤ ਤਾਂ ਕਈ ਵਾਰ ਮੈਨੂੰ ਯਾਦ ਹੈਗੇ ਵੀ ਆ ਤੇ ਭੁੱਲ ਵੀ ਗਏ ਨੇ ਕੋਈ ਜੇਕਰ ਚੇਤੇ ਹੈ ਤਾਂ ਉਸ ਗੀਤ ਦੀ ਵੰਨਗੀ ਸਾਂਝੀ ਕਰ ਲਓ ਜ਼ਿਆਦਾ ਗੀਤ ਮੇਰਾ ਜਿਹੜਾ ਮਤਲਬ ਸਟੇਜਾਂ ਤੋਂ ਵੀ ਪਹਿਲਾਂ ਜਿਹੜੇ ਗਾਣੇ ਸੀਗੇ ਉਹ ਤਾਂ ਜਿੱਦਾਂ ਲਤਾ ਦਾ ਗੀਤ ਹੋਇਆ ਜਦੋਂ ਗੁਲਾਮ ਅਲੀ ਸਾਹਿਬ ਨੂਰ ਜਾਨ ਉਹਨਾਂ ਦੇ ਗੀਤ ਅਸੀਂ ਗਾ ਗਾ ਕੇ ਤੇ ਜਾਣੀ ਕਿ ਥੋੜ੍ਹਾ ਜਿਹਾ ਸਿੱਖੇ ਫਿਰ ਉਦੋਂ ਬਾਅਦ 'ਚ ਫਿਰ ਆਪਣੇ ਮਾਂ ਪਾਪਾ ਜੀ ਤੋਂ ਤਲੀਮ ਲਈ ਵੀ ਪਾਪਾ ਜੀ ਗਾਣਾ ਕੀ ਚੀਜ਼ ਹੁੰਦਾ ਜੀ ਮੈਂ 7-8 ਸਾਲਾਂ ਦੀ ਸੀਗੀ ਤੇ ਜਦੋਂ ਉਹ ਗਾਣਾ ਮੈਂ ਆਪਣੇ ਪਾਪੇ ਕੋਲੋਂ ਸੁਣਿਆ ਵੀ ਮੈਂ ਮੇਰੇ ਸੁੱਤੀ ਪਈ ਮੈਂ ਸਰਾਣਾ ਇੱਦਾਂ ਰੱਖਿਆ ਹੋਇਆ ਅਤੇ ਮੈਂ ਕਿਹਾ ਹਾਏ ਰੱਬਾ ਆਵਾਜ਼ ਦਰਦ ਕੈਸਾ ਆਇਆ ਮੇਰੇ ਦਿਮਾਗ ਦੇ ਵਿੱਚ ਇਹ ਕੀ ਗੱਲ ਮੈਂ ਆਪਣੇ ਪਾਪੇ ਨੂੰ ਮਤਲਬ ਗਾ ਕੇ ਆ ਗਿਆ ਤੇ ਜਦੋਂ ਸਵੇਰ ਪਈ ਤੇ ਮੈਂ ਉਹਨੂੰ ਜੱਫੀ ਪਾ ਕੇ ਰੋਣ ਲੱਗ ਪਈ ਮੈਂ ਕਿਹਾ ਡੈਡੀ ਸੁਰਾਂ ਦੇ ਨਾਲ ਮੈਂ ਕਿਹਾ ਮੇਰਾ ਦਿਲ ਨੂੰ ਕੁਛ ਹੋਇਆ ਤੁਸੀਂ ਆਵਾਜ਼ ਲਾਉਂਦੇ ਸੀ ਤੇ ਇਹ ਕੀ ਚੀਜ਼ ਹੈ ਇਹ ਕੀ ਉਹ ਕਹਿੰਦਾ ਬੇਟਾ ਇਹ ਕਾਲਾ ਇਲਮ ਹੈ ਇਹ ਸੰਗੀਤ ਆ ਇਹ ਬੇਟਾ ਬੜੇ ਬੜੇ ਔਲੀਆਂ ਪਕੰਬਰਾਂ ਨੂੰ ਇਹ ਬੜੇ ਬੜੇ ਜਿਹੜੇ ਇਹ ਚੀਜ਼ਾਂ ਜਿਹੜੀਆਂ ਉਚਾਰਨ ਦੀ ਸ਼ੁੱਧਤਾ ਤੇ ਮੈਂ ਅੱਜ ਦੇ ਬਹੁ ਗਿਣਤੀ ਕਲਾਕਾਰਾਂ ਨੂੰ ਦੇਖਦਾ ਉਹਨਾਂ ਨੂੰ ਇਹ ਨੀ ਪਤਾ ਜੱਜੇ ਪੈਰ ਬਿੰਦੀ ਪੈਂਦੀ ਆ ਉਹ ਜ਼ਮੀਨ ਹੀ ਕਹੀ ਜਾਂਦੇ ਆ ਉਹ ਜ਼ਮੀਨ ਆਖਦੇ ਨੀ ਫਰਜ਼ ਕਹਿੰਦੇ ਨੀ ਫਰਜ਼ ਕਹੀ ਜਾਂਦੇ ਆ ਇਹ ਜਿਹੜੀ ਭਾਸ਼ਾਈ ਸ਼ੁੱਧਤਾ ਨਾ ਇਹਦੀ ਬੜੀ ਲੋੜ ਆ ਭੈਣ ਜੀ ਤੁਸੀਂ 25ਵੇਂ ਵਰੇ ਦੇ ਵਿੱਚ ਮੰਚ ਦੇ ਉੱਤੇ ਜਾਣਾ ਸ਼ੁਰੂ ਕਰਤਾ ਉਦੋਂ ਕਦੇ ਸੋਚਿਆ ਸੀ ਵੀ ਜ਼ਿੰਦਗੀ ਭਰ ਦੇ ਲਈ ਨਾਤਾ ਇਸ਼ਕ ਆ ਜਿਹੜਾ ਉਹ ਸੰਗੀਤ ਦੇ ਨਾਲ ਇਵੇਂ ਜੁੜ ਜਾਣਾ ਨਹੀਂ ਜਿਸ ਤਰ੍ਹਾਂ ਕਿ ਆਪਾਂ ਘਰ ਵਿੱਚ ਹੀ ਅਸੀਂ ਮਤਲਬ ਸਾਡੇ ਕੁੜੀਆਂ ਨੂੰ ਗਾਉਣ ਤਾਂ ਨਹੀਂ ਦਿੰਦੇ ਤਾਂ ਘਰ ਵਿੱਚ ਜਦੋਂ ਪਾਪਾ ਜੀ ਨੂੰ ਪਤਾ ਲੱਗ ਗਿਆ ਕਿ ਇਹਨੂੰ ਸੰਗੀਤ ਨਾਲ ਪਿਆਰ ਹੈ ਉਹਨਾਂ ਨੇ ਹਾਰਮੋਨੀਅਮ ਵਜਾ ਕੇ ਤੇ ਬਾਹਰ ਘੁੰਮਣ ਫਿਰਨ ਚਲੇ ਜਾਣਾ ਆਪਣੇ ਕੰਮਾਂ ਕਾਰਾਂ 'ਚ ਚਲੇ ਜਾਣਾ ਮੈਂ ਆਪਣੇ ਘਰ ਦਾ ਕੰਮ ਕਾਰ ਕਰਕੇ ਤੇ ਚੋਰੀ ਚੋਰੀ ਵਾਜਾ ਫੜ ਕੇ ਤੇ ਉਹੀ ਮੈਂ ਕਹਿਣਾ ਵੀ ਇਸ ਤਰ੍ਹਾਂ ਮੇਰਾ ਪਾਪਾ ਵਾਜਾ ਵਜਾਉਂਦਾ ਸੀ ਇਸ ਤਰ੍ਹਾਂ ਮੈਂ ਵਜਾਉਂਦੀ ਜਦੋਂ ਮੈਂ ਵਾਜਾ ਵਜਾਉਣ ਲੱਗ ਪਈ ਤੇ ਉਹਨੇ ਫਿਰ ਦੇਖਿਆ ਬਾਹਰੋਂ ਘੁੰਮ ਫਿਰ ਕੇ ਆਇਆ ਤੇ ਮੈਨੂੰ ਉਹਨੇ ਦੇਖਿਆ ਵੀ ਮੇਰੀ ਬੇਟੀ ਜਿਹੜੀ ਆ ਵੀ ਹਾਰਮੋਨੀਅਮ ਵਜਾਉਣ ਡਈ ਉੱਥੇ ਸੋਨਾ ਕਰਨਾ ਉੱਥੇ ਉਹ ਜਿੱਦਾਂ ਦਾ ਕਰਮ ਕਰੀਏ ਵੈਸੇ ਫਿਰ ਉਹ ਕਰਮ ਹੋ ਜਾਂਦਾ ਬਿਲਕੁਲ ਜੀ ਉਹ ਜਦੋਂ ਉਹਨੇ ਦੇਖਿਆ ਤੇ ਉਹਨਾਂ ਨੂੰ ਆਵਾਜ਼ ਦੇ ਵਿੱਚ ਉਹਨਾਂ ਨੂੰ ਪਿਆਰ ਹੋ ਗਿਆ ਆਵਾਜ਼ ਵੀ ਮੇਰੀ ਕੁੜੀ ਦੀ ਆਵਾਜ਼ ਵੀ ਵਧੀਆ ਲੱਗਦੀ ਹੋਊਗੀ ਉਹਨਾਂ ਨੂੰ ਤੇ ਉਹ ਰੋਣ ਲੱਗ ਪਏ ਬਾਹਰ ਹੀ ਬੈਠੇ ਅਤੇ ਮੈਂ ਆਵਾਜ਼ਾਂ ਵਜਾ ਕੇ ਅਤੇ ਫਟਾਫਟ ਮੈਨੂੰ ਪਤਾ ਲੱਗਿਆ ਮੇਰਾ ਡੈਡੀ ਆ ਗਿਆ ਮੈਂ ਆਵਾਜ਼ਾਂ ਬੰਦ ਕਰ ਦਵਾਂ ਮੈਨੂੰ ਕੁੱਟੇ ਨਾ ਵੀ ਮੈਨੂੰ ਮਾਰੇ ਨਾ ਅਤੇ ਉਹ ਨਾਲ ਲੱਗਦਾ ਉਹਨੇ ਮੈਨੂੰ ਬੁੱਕਲ 'ਚ ਲੈ ਕੇ ਅਤੇ ਰੋਣ ਲੱਗ ਪਿਆ ਕਹਿੰਦਾ ਮੇਰਾ ਪੁੱਤ ਹੁੰਦਾ ਅਤੇ ਮੈਂ ਕਰਿਆ ਮੈਂ ਨਾਂ ਮੇਰਾ ਉੱਚਾ ਹੁੰਦਾ ਅਤੇ ਚੱਲ ਹੁਣ ਧੀਆਂ ਤੁਸੀਂ ਵੀ ਹੁਣ ਮੈਂ ਤੈਨੂੰ ਕਹਿ ਤਾਂ ਸਕਦਾ ਨਹੀਂ ਕੁਛ ਪਰ ਮੈਂ ਤੈਨੂੰ ਸਿਖਾਉਣਾ ਜ਼ਰੂਰ ਹੈ ਵਾਹ ਹੈ ਵੀ ਪਤਾ ਨਹੀਂ ਕਿਤੇ ਨਾ ਕਿਤੇ ਤੇਰੇ ਕੰਮ ਆ ਜਾਊਗਾ ਉਹਨੇ ਫਿਰ ਮੈਨੂੰ 10-12 ਸਾਲ ਵੀ ਇਸ ਤਰ੍ਹਾਂ
15 साल मैं 10-12 साल उन्होंने मतलब सिखती रही घर सेवा करती रही उन्होंने तो बाद दे विच फिर मैनूं कहिंदा वी हुण तेरे काम आया कि नहीं हुण कहिंदा हुण तेरा विआह फिर नेक जी नाल जद मेरी शादी हो गई फिर उन्होंने कहना भी नहीं नहीं तेनूं असीं वेली बहण नहीं देना गांह तेनूं असीं दुनिया च जारी रखांगे पर इत्थे वेला निक्के जे वक्फे दा हो गया छोटा जा वक्फा लैने आ बाकी दीआं गल्लां उस तों बाद च जारी रहणगीआं जज दा विचार ਸਾਇਦਾ ਜੀ ਜਿਹੜਾ ਤੁਹਾਡਾ ਨਾਮ ਹੈ ਸਾਇਦਾ ਬੇਗਮ ਹਾਂਜੀ ਇਹ ਨਾਮ ਤੁਹਾਡੇ ਘਰਦਿਆਂ ਨੇ ਤੁਹਾਨੂੰ ਦਿੱਤਾ ਤੁਹਾਡੇ ਉਸਤਾਦ ਜੀ ਨੇ ਤੁਹਾਨੂੰ ਦਿੱਤਾ ਜਾਂ ਇਹ ਨਾਮ ਤੁਹਾਡਾ ਕਿਵੇਂ ਪਿਆ ਇਹ ਨਾਮ ਇਸ ਤਰ੍ਹਾਂ ਸੀਗਾ ਵੀ ਸਾਡੇ ਇੰਦਰਜੀਤ ਬੈਂਸ ਹੁੰਦੇ ਸੀਗੇ ਜੀ ਤੇ ਉਹਨਾਂ ਨੇ ਇਸ ਤਰ੍ਹਾਂ ਮੈਨੂੰ ਸੁਣ ਸੁਣਾ ਕੇ ਤੇ ਉਹਨਾਂ ਨੇ ਮੈਨੂੰ ਆਪਣੇ ਕੋਲ ਬੁਲਾ ਲਿਆ ਤੇ ਉਹ ਕਹਿੰਦੇ ਵੀ ਚੱਲ ਉਹਨਾਂ ਨੇ ਇਸ ਤਰ੍ਹਾਂ ਮੈਨੂੰ ਪੁੱਛਿਆ ਕਿ ਤੂੰ ਕਿੱਥੋਂ ਸਿੱਖਿਆ ਉਹਨਾਂ ਨੇ ਮਤਲਬ ਵੀ ਕਿਸ ਨਾ ਕੁਛ ਨਾ ਕੱਢਦੇ ਸੀਗੇ ਉਹ ਵੀ ਤਾਂ ਉਹਨਾਂ ਨੇ ਮੈਨੂੰ ਨਾਮ ਮਤਲਬ ਕਿਹਾ ਵੀ ਤੁਹਾਡਾ ਨਾਮ ਮੈਂ ਕਿਹਾ ਵੀ ਮੇਰੀ ਮੰਮੀ ਨੇ ਮੇਰਾ ਜਨਮ ਸੈਦਾ ਮਤਲਬ ਸੈਦਪੁਰ 'ਚ ਹੋਇਆ ਵਾ ਉਹ ਕਹਿੰਦਾ ਚੱਲ ਤੇਰਾ ਸੈਦਾ ਬੇਗਮ ਰੱਖ ਦਿੰਦੇ ਹਾਂ ਹੈਂ ਬਸ ਇਹ ਤੋਂ ਮੇਰਾ ਸਟੇਜਾਂ ਦੇ ਨਾਂ ਸੈਦਾ ਬੇਗਮ ਮਤਲਬ ਤੁਹਾਡਾ ਜਨਮ ਸੈਦਪੁਰ ਦੇ ਵਿੱਚ ਹੈ ਇਸ ਲਈ ਤੁਹਾਡਾ ਨਾਮ ਸੈਦਾ ਬੇਗਮ ਹੈ ਬੇਗਮ ਨਾਲ ਕਿਵੇਂ ਜੁੜ ਗਿਆ ਬੇਗਮ ਬਸ ਇਦਾਂ ਹੀ ਜੋੜ ਦਿੱਤਾ ਨਾਲ ਉਹਨਾਂ ਨੇ ਤੇ ਉਦਾਂ ਮੇਰੀ ਮਾਂ ਨੇ ਵੈਸੇ ਹੀ ਕਿਹਾ ਸੀ ਵੀ ਤੂੰ ਜੰਮੀ ਸੀ ਤੇ ਮੈਂ ਤਾਂ ਤੇਰਾ ਨਾਂ ਸੈਦਾ ਰੱਖਣਾ ਚਾਹੁੰਦੀ ਸੀਗੀ ਮੈਂ ਇਦਾਂ ਗੱਲਾਂ ਕਰਦਿਆਂ ਕਰਦਿਆਂ ਮੈਂ ਆਪਣੀ ਮਾਂ ਨੂੰ ਪੁੱਛਿਆ ਵੀ ਮੰਮੀ ਮੇਰਾ ਨਾਂ ਤੁਸੀਂ ਤੋਤੋ ਕੇ ਰੱਖ ਦਿੱਤਾ ਨਿੱਕਾ ਜਿਹਾ ਨਾਮ ਹੈ ਕਿ ਇਹਦੇ ਬੜਾ ਗਲਤ ਨਾਂ ਰੱਖਤਾ ਕਹਿੰਦੀ ਨਹੀਂ ਪੁੱਤ ਤੇਰਾ ਨਾਂ ਤੇ ਸੈਦਾ ਸੀ ਤੇ ਮੈਂ ਕਿਹਾ ਕਲਾਕਾਰੀ 'ਚ ਮੈਂ ਕਿਹੜਾ ਨਾਂ ਰੱਖਾਂ ਉਹ ਕਹਿੰਦੀ ਵੀ ਚੱਲ ਸੈਦਾ ਸੈਦਾ ਮੈਂ ਕਿਹਾ ਸੈਦਾ ਨਹੀਂ ਫਿਰ ਮੈਂ ਉਹ ਜਿਹੜੇ ਇੰਦਰਜੀਤ ਬੈਂਸ ਸੀ ਉਹਨਾਂ ਨੂੰ ਵੀ ਮਤਲਬ ਰੀਲਾਂ ਕੇਸਟਾਂ ਕੱਢਦੇ ਸੀ ਉਹਨਾਂ ਨਾਲ ਵੀ ਥੋੜ੍ਹੀ ਦੇਰ ਸਾਡੀ ਮੁਲਾਕਾਤ ਹੁੰਦੀ ਰਹੀ ਵੀ 2-4 ਸਾਲ ਅਸੀਂ ਉਹਨਾਂ ਕੋਲ ਜਾਂਦੇ ਰਹੇ ਵੀ ਉਹਨਾਂ ਨੇ ਕਿਹਾ ਤੁਹਾਨੂੰ ਅੱਗੇ ਲਿਆਵਾਂਗੇ ਅੱਗੇ ਤਾਂ ਸਾਨੂੰ ਕਿਸੇ ਨੇ ਲਿਆਂਦਾ ਹੀ ਨਹੀਂ ਤੇ ਬਸ ਅਸੀਂ ਰੱਬ ਦੇ ਆਸਰੇ ਆ ਗਏ ਜਿਸ ਤਰ੍ਹਾਂ ਸਾਡੇ ਸ਼ਾਹਕੋਟ ਦੇ ਬੰਦੇ ਸੀਗੇ ਆਪਣੇ ਸੈਦਪੁਰੀ ਜੀ ਲਾਲਾ ਜਾਂ ਮਤਲਬ ਜਿੰਨੇ ਵੀ ਆਪਣੇ ਪੱਤਰਕਾਰ ਸੀਗੇ ਕਈਆਂ ਆਪਣੇ ਹੈਗੇ ਸੀਗੇ ਬਖਤਾਵਰ ਮੀਆਂ ਫਿਰ ਜਿਸ ਤਰ੍ਹਾਂ ਹੰਸ ਭਾਜੀ ਬੜੇ ਵਧੀਆ ਕਮਾਲ ਦੇ ਉਹ ਹਾਂਜੀ ਕਲਮ ਦੇ ਧਨੀ ਆ ਉਹ ਹਾਂ ਨਹੀਂ ਜੀ ਕਿਆ ਹੀ ਬਾਤ ਉਹਨਾਂ ਨੇ ਮੈਨੂੰ ਇਦਾਂ ਵੀ ਗਾਉਂਦੀ ਨੂੰ ਸੁਣ ਲਿਆ ਕਿ ਤੇ ਉਹਨਾਂ ਨੇ ਮੈਨੂੰ ਆਖਿਆ ਵੀ ਮੈਂ ਗਾਣੇ ਇਹਨਾਂ ਨੂੰ ਦੇਣੇ ਉਹਨਾਂ ਨੇ ਗਾਣੇ ਇਦਾਂ ਦੇ ਦਿੱਤੇ ਮੈਨੂੰ ਜਾਣ ਕੱਢ ਲੈਣ ਵਾਲੇ ਭੈਣ ਜੀ ਦੱਸੋ ਵੀ ਤੁਸੀਂ ਬੇਗਮ ਦਾ ਨਾਂ ਦੇ ਨਾਲ ਲਾ ਲਿਆ ਹਾਂਜੀ ਪਰ ਗਾਇਕੀ ਦੇ ਸਫ਼ਰ ਦੇ ਵਿੱਚ ਕਦੇ ਬੇਗਮਾਂ ਵਾਲਾ ਅਹਿਸਾਸ ਵੀ ਪਾੜਿਆ ਫੀਲਿੰਗ ਕਦੇ ਆਈ ਕਿ ਨਹੀਂ ਵੀ ਹੁਣ ਗਾਇਕੀ ਦੇ ਵਿੱਚ ਤੂਤੀ ਬੋਲਦੀ ਆ ਸੱਚੀ ਮੁੱਚੀ ਬੇਗਮਾਂ ਵਾਲਾ ਅੰਦਾਜ਼ ਹੋਵੇ ਨਹੀਂ ਚਲੋ ਉਹ ਤਾਂ ਨਹੀਂ ਕੋਈ ਗੱਲ ਵੀ ਨਾਂ ਦੇ ਹਿਸਾਬ ਦੇ ਨਾਲ ਵੀ ਜੀ ਗਾਉਣਾ ਚਾਹੀਦਾ ਗਾਉਣਾ ਨਹੀਂ ਮੇਰਾ ਮਤਲਬ ਕਹਿਣ ਦਾ ਭਾਵ ਵੀ ਇਹੋ ਜਿਹੇ ਚੰਗੇ ਗਾਣੇ ਜਿਹੜੇ ਚੰਗੇ ਜਿਹੜੇ ਦਿਨ ਆਉਂਦੇ ਆ ਵੀ ਭਾਈ ਗਾ ਗਾ ਕੇ ਚੰਗਾ ਪੈਸਾ ਟਕਾ ਆਉਣ ਲੱਗ ਪਿਆ ਹੋਵੇ ਕਦੇ ਇਹੋ ਜਿਹਾ ਸਮਾਂ ਆਇਆ ਵੀ ਹੁਣ ਸੱਚੀ ਮੁੱਚੀ ਸ਼ਾਹੀ ਅੰਦਾਜ਼ ਆ ਜਾਂ ਇਸੇ ਤਰੀਕੇ ਦੇ ਨਾਲ ਲੋੜਾਂ ਦੇ ਨਾਲ ਮਜਬੂਰੀਆਂ ਦੇ ਨਾਲ ਜੂਝਦੇ ਰਹੇ ਸ਼ੁਰੂ ਤੋਂ ਹੁਣ ਤੱਕ ਨਹੀਂ ਸਰ ਦੇਖੋ ਨਾ ਤੁਸੀਂ ਬਹੁਤ ਅੱਛੀ ਗੱਲ ਕੀਤੀ ਆ ਕਿ ਜਾਣੀ ਕਿ ਇਸ ਆਪਣੇ ਆਪ ਨੂੰ ਆਪਣੇ ਪਿੱਛੇ ਨੂੰ ਆਪਣੇ ਆਪਣੇ ਕਰਮ ਨੂੰ ਭੁੱਲਣਾ ਵੀ ਨਹੀਂ ਚਾਹੀਦਾ ਕਿ ਜਿਸ ਤਰ੍ਹਾਂ ਜ਼ਰੂਰੀ ਨਹੀਂ ਮਤਲਬ ਢੰਗ ਰੰਗ ਦਾ ਉਹਨਾਂ ਗਾਣਾ ਤਾਂ ਇੱਕ ਐਸੀ ਚੀਜ਼ ਆ ਕਿ ਜਿੱਦਾਂ ਦਾ ਦਿਲ ਕਰੇ ਵੀ ਚਾਰ ਰਕਮ ਦਾ ਗਾਣਾ ਇਨਸਾਨ ਨੂੰ ਆਉਣਾ ਚਾਹੀਦਾ ਕਿਉਂਕਿ ਜਿੱਦਾਂ ਦੀ ਰੂਹ ਅੱਗੇ ਬੈਠੀ ਉਹਦੀ ਰੂਹ ਪਰ ਇੱਕ ਸਮੁੰਦਰ ਦੀ ਤਰ੍ਹਾਂ ਦੁਨੀਆ ਆਪਾਂ ਸਾਰੀ ਦੁਨੀਆ ਨੂੰ ਖੁਸ਼ ਤਾਂ ਕਰ ਸਕਦੇ ਨਹੀਂ ਲੇਕਿਨ ਅਸੀਂ ਆਪਣੇ ਆਪ ਨੂੰ ਇਹ ਖੁਸ਼ ਰੱਖਿਆ ਕਿ ਸਾਡਾ ਗਾਣਾ ਵੀ ਹੋਵੇ ਅਤੇ ਸਾਨੂੰ ਲੋਕ ਪਿਆਰ ਵੀ ਕਰਨ ਅਤੇ ਸਾਨੂੰ ਲੋਕ ਸਦਾਂ ਵਾਸਤੇ ਹੀ ਸੁਣਨ ਕਿ ਸਾਡੇ ਗਾਣੇ ਨੂੰ ਇਹ ਨਾ ਕਹਿਣ ਵੀ ਨਹੀਂ ਯਾਰ ਇਹਨੂੰ ਬੰਦ ਕਰ ਦਿਓ ਹੁਣ ਉਹ ਸੁਣ ਲਓ ਇਹਨੂੰ ਬੰਦ ਕਰ ਦਿਓ ਕਿ ਮੇਰੀ ਆਦਤ ਇਹ ਹੈ ਕਿ ਮੈਨੂੰ ਬਸ ਗਾਣਾ ਮੇਰਾ ਸਦਾ ਬਹਾਰ ਰਹੇ 10 ਸਾਲ ਪਹਿਲਾਂ ਤੱਕ ਮੈਂ ਤੁਹਾਨੂੰ ਕਈ ਥਾਵਾਂ ਦੇ ਉੱਤੇ ਸੁਣਿਆ ਕਈ ਸਟੇਜਾਂ ਦੇ ਉੱਤੇ ਕਈ ਮੰਚਾਂ ਦੇ ਉੱਤੇ ਕਈ ਮੇਲਿਆਂ ਦੇ ਵਿੱਚ ਤੁਹਾਨੂੰ ਗਾਉਂਦਿਆਂ ਅਕਸਰ ਸੁਣਿਆ ਹੰਸਰਾਜ ਹੰਸ ਹੋਰਾਂ ਨਾਲ ਵੀ ਤੁਹਾਨੂੰ ਜੁਗਲਬੰਦੀ ਕਰਦੇ ਸੁਣਿਆ ਕਈ ਹੋਰ ਵੱਡੇ ਕਲਾਕਾਰਾਂ ਦੇ ਨਾਲ ਵੀ ਸੁਣਿਆ ਫਿਰ ਤੁਸੀਂ ਇੱਕਦਮ ਗੁਮਨਾਮ ਹੋ ਗਏ ਇਉਂ ਲੱਗਿਆ ਵੀ ਜਾਂ ਤਾਂ ਸੇਵਾ ਮੁਕਤ ਹੋ ਗਏ ਆ ਜਾਂ ਮਾਫ਼ ਕਰਨਾ ਦੁਨੀਆਂ ਦੇ ਉੱਤੋਂ ਤੁਰ ਗਏ ਪਤਾ ਨਹੀਂ ਸੈਦਾ ਬੇਗਮ ਨੂੰ ਕੀ ਹੋ ਗਿਆ ਹੈਗੇ ਵੀ ਕਿ ਨਹੀਂ ਹੈਗੇ ਇਹ ਕੀ ਗੱਲ ਹੋ ਗਈ ਅਲੋਪ ਕਿਹੜੀ ਗੱਲ ਹੋ ਗਈ 3 ਸਾਲ ਤਾਂ ਇਦਾਂ ਹੀ ਹੋਇਆ ਮੇਰੇ ਨਾਲ ਵੀ ਜਾਣੀ ਕਿ ਵੀ ਲੋਕਾਂ ਨੇ ਚੇਤਾ ਜਿਹਾ ਭੁਲਾ ਦਿੱਤਾ ਕਿਉਂਕਿ ਜਾਣੀ ਕਿ ਆ ਜਿਹੜੇ ਗਾਉਣ ਵਾਲੇ ਗਾਂ ਬੱਚੇ ਆ ਗਾਂ ਕਿ ਜਿਹੜੇ ਬੱਚੇ ਜਿਹੜੇ ਆਪਣਾ ਪਰਿਵਾਰ ਅੱਗੇ ਪੀੜ੍ਹੀ ਚੱਲ ਰਹੀ ਆ ਉਸ ਪੀੜ੍ਹੀ ਵਾਸਤੇ ਜਿਹੜੇ ਤੇ ਜਿਹੜੇ ਸਰੋਤੇ ਜਿਹੜੇ ਮਤਲਬ ਅੱਛੇ ਅੱਛੇ ਗਾਉਣ ਵਾਲੇ ਸੁਣਨ ਵਾਲੇ ਉਹਨਾਂ ਨੂੰ ਤਾਂ ਮਾਪੇ ਕਹਿ ਦਿੰਦੇ ਵੀ ਤੁਸੀਂ ਇਹ ਚੀਜ਼ ਬੰਦ ਕਰ ਦਿਓ ਤਾਂ ਸਾਡੀ ਮਰਜ਼ੀ ਦੀ ਲਾਉਣ ਦਿਓ ਉਹ ਬੱਚੇ ਜਿਹੜੇ ਮਾਪਿਆਂ ਦੇ ਕਹਿਣਿਆਂ 'ਚ ਵੀ ਹੈ ਨਹੀਂ ਗੇ ਕਿਉਂਕਿ ਜਿੱਦਾਂ ਦੇ ਗਾਣੇ ਵੀ ਇੱਦਾਂ ਦੇ ਚੱਲ ਪਏ ਵਾ ਉਹ ਕਹਿੰਦੇ ਵੀ ਚੱਲ ਇਹੀ ਸੁਣਨੇ ਇਹੀ ਸੁਣਨੇ ਨਹੀਂ ਪਰ ਇਹੋ ਜਿਹੇ ਗਾਣੇ ਤਾਂ 10 ਵਰੇ ਪਹਿਲਾਂ ਵੀ ਚੱਲਦੇ ਸੀ ਜਦੋਂ ਤੁਹਾਡੀ ਤੂਤੀ ਬੋਲਣ ਲੱਗ ਪਈ ਸੀ ਮੇਲਿਆਂ ਦੇ ਵਿੱਚ ਹਾਂਜੀ ਹਾਂਜੀ ਫਿਰ ਉਦੋਂ ਕਿਉਂ ਬੋਲਦੀ ਸੀ ਅਤੇ ਹੁਣ ਕਿਉਂ ਨਹੀਂ ਬੋਲਦੀ ਨਹੀਂ ਮੇਰਾ ਕਹਿਣ ਦਾ ਭਾਵ ਆ ਕਿ ਜਿਸ ਤਰ੍ਹਾਂ ਹੁਣ ਉਸ ਟਾਈਮ 'ਤੇ ਮੇਰੇ ਗਾਣੇ ਸੁਣਦੇ ਸੀ ਲੋਕ ਜਿਹੜੇ ਮਤਲਬ ਜਿਹੜੇ ਸੁਣਵਈਏ ਆ
ਜਿਹੜੇ ਇਸ ਸੰਗੀਤ ਨੂੰ ਜਿਹੜੇ ਸੁਰੀਲੇ ਸੰਗੀਤ ਨੂੰ ਪਿਆਰ ਕਰਦੇ ਨੇ ਅੱਛੇ ਗਾਣੇ ਨੂੰ ਵੀ ਪਿਆਰ ਕਰਦੇ ਨੇ ਉਹ ਜਿਹੜੇ ਬੰਦੇ ਸਿਆਣੇ ਨੇ ਜਾਂ ਮਤਲਬ ਸਾਡੇ ਹਾਣੀ ਲਾ ਲਾ ਜਾਂ ਸਾਡੇ ਤੋਂ ਛੋਟੇ ਲਾ ਲਾ ਜਾਂ ਬੜੇ ਲਾ ਲਾ ਉਹ ਤਾਂ ਸੁਣਦੇ ਵੀ ਆ ਹੁਣ ਤੱਕ ਸੁਣਦੇ ਵੀ ਆ ਪਰ ਜਿਹੜੀ ਹੁਣ ਵਾਲੀ ਪੀੜ੍ਹੀ ਜਿਹੜੀ ਚੱਲ ਰਹੀ ਨਾ ਉਹ ਗਾਣੇ ਰੱਜ ਕੇ ਮਤਲਬ ਜਿੱਦਾਂ ਦੇ ਵੀ ਉਹਨਾਂ ਨੂੰ ਚੰਗੇ ਲੱਗਦੇ ਉਹ ਆਪਣੀ ਮਰਜ਼ੀ ਕਰਦੇ ਉਹ ਟੈਲੀਵਿਜ਼ਨ 'ਚ ਰੇਡੀਓ 'ਚ ਮਤਲਬ ਸਟੇਜਾਂ ਦੇ ਉੱਤੇ ਉਹ ਕਿਸੇ ਨੂੰ ਸੁਣ ਨਹੀਂ ਰਹੇ ਉਹ ਕਹਿੰਦੇ ਵੀ ਅਸੀਂ ਆਪਣੀ ਮਰਜ਼ੀ ਦਾ ਗਾਣਾ ਸੁਣਨਾ ਤੁਹਾਡਾ ਕਦੇ ਜੀ ਨਹੀਂ ਕੀਤਾ ਵੀ ਕੈਸਟ ਸੀਡੀ ਅਸੀਂ ਵੀ ਕਰੀਏ ਕੋਈ ਰਿਕਾਰਡਿੰਗ ਕਰਵਾਈਏ ਕਿਉਂਕਿ ਤੁਹਾਡਾ ਕੁਝ ਵੀ ਨਹੀਂ ਰਿਕਾਰਡ ਹੋਇਆ ਹਾਂ ਨਹੀਂ ਸਾਡਾ ਮਤਲਬ ਬਖਤਾਵਰ ਮੀਆਂ ਨੇ ਥੋੜ੍ਹਾ ਮੈਨੂੰ ਸਹਿਯੋਗ ਦਿੱਤਾ ਸੀਗਾ ਉਹਨਾਂ ਨੇ ਮੇਰੀ ਕੈਸਟ ਉਹਨਾਂ ਨੇ ਵੀ ਰਿਲੀਜ਼ ਕੀਤੀ ਸੀਗੀ ਕੀ ਨਾਂ ਸੀ ਉਹਦਾ ਉਹਦਾ ਹੈਗਾ ਸੀਗਾ ਸਾਵਲ ਸਾਵਲ ਮੇਰਾ ਯਾਰ ਨਹੀਂ ਅੜੀਓ ਮੈਂ ਸਾਵਲ ਦੀ ਨਾਰ ਨਹੀਂ ਅੜੀਓ ਫਿਰ ਰੇਡੀਓ ਵਿੱਚ ਵੀ ਮਾਲਕ ਨੇ ਮੌਕਾ ਦਿੱਤਾ ਟੈਲੀਵਿਜ਼ਨ 'ਚ ਵੀ ਮੌਕਾ ਦਿੱਤਾ ਪਰ ਰਿਕਾਰਡਿੰਗਾਂ ਦੇ ਵਿੱਚ ਕਿਉਂ ਨਹੀਂ ਆਏ ਤੁਸੀਂ ਜਾਨੀ ਆ ਜਿਹੜੀਆਂ ਕੈਸਟਾਂ ਤੇ ਸੀੜੀਆਂ ਤੇ ਜਿਹੜੀ ਫਿਲਮ ਜਿਹੜੀ ਬਣਦੀ ਉਹ ਹੁਣ ਘੱਟੋ ਘੱਟ 5 ਲੱਖ ਰੁਪਇਆ ਲੱਗਦਾ ਤੇ ਅਸੀਂ ਗਰੀਬ ਆਦਮੀ ਅਸੀਂ ਲਾ ਨਹੀਂ ਸਕਦੇ ਠੀਕ ਹੈ ਨਾ ਅਸੀਂ ਤਾਂ ਲੱਖ ਰੁਪਇਆ ਨਹੀਂ ਲਾ ਸਕਦੇ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਇੱਕ ਤਾਂ ਚੰਗੇ ਜਿਹੜੇ ਸੁਣਵਈਏ ਹੈ ਜਿਹੜੇ ਚੰਗੇ ਲਿਸਨਰਸ ਜਿਨ੍ਹਾਂ ਨੂੰ ਆਪਾਂ ਕਹਿੰਦੇ ਇੱਕ ਤਾਂ ਉਹਨਾਂ ਦੀ ਘਾਟ ਹੋ ਗਈ ਸਮਾਜ ਦੇ ਵਿੱਚ ਹਾਂ ਹਾਂ ਉਹਨਾਂ ਦੀ ਤੇ ਦੂਸਰਾ ਤੁਹਾਡੇ ਅੱਗੇ ਨਾ ਆਉਣ ਦਾ ਕਾਰਨ ਪੈਸਾ ਹੈ ਪੈਸਾ ਹਾਂਜੀ ਹਾਂਜੀ ਗੁਰਬਤ ਆ ਜਿਹੜੀ ਹਾਂ ਸੱਚੀ ਗੱਲ ਪੈਸਾ ਤੇ ਇਹ ਵੀ 5 ਲੱਖ ਰੁਪਇਆ ਉਹ ਕਹਿੰਦੇ ਵੀ ਹੋਊਗਾ ਤੇ ਤੁਹਾਡੀ ਅਸੀਂ ਕੈਸਟ ਔਰ ਤੁਹਾਡੀ ਫਿਲਮ ਬਣਾ ਕੇ ਅੱਗੇ ਪੇਸ਼ ਕਰਾਂਗੇ ਤੇ ਜੇ 5 ਲੱਖ ਹੋ ਤੁਹਾਨੂੰ ਪਤਾ ਹੀ ਤੁਸੀਂ ਕਦੇ ਇਹ ਨਹੀਂ ਸੋਚਿਆ ਵੀ ਅੱਜ ਕਈ ਬੇਸੁਰੇ ਬੇਤਾਲੇ ਜਿਹੜੇ ਨੇ ਉਹ ਪੈਸੇ ਦੇ ਸਿਰ ਦੇ ਉੱਪਰ ਊਟ ਪਟਾਂਗ ਜੀਆਂ ਗੱਲਾਂ ਗਾ ਕੇ ਤੇ ਮੋਹਰੇ ਆ ਗਏ ਨੇ ਤੇ ਤੁਸੀਂ ਕਦੇ ਇਹ ਨਹੀਂ ਸੋਚਿਆ ਵੀ ਮੈਂ ਵੀ ਚੱਲ ਉਸੇ ਰਾਹ ਦੇ ਉੱਪਰ ਤੁਰ ਕੇ ਕਿਉਂਕਿ ਅਖੀਰ ਢਿੱਡ ਦੀ ਅੱਗ ਨੂੰ ਤਾਂ ਬੁਝਾਉਣਾ ਹੀ ਪੈਂਦਾ ਹੈ ਨਾ ਰੋਟੀ ਤਾਂ ਖਾਣੀ ਹੈ ਤੇ ਤੁਸੀਂ ਕਦੇ ਇਹ ਨਹੀਂ ਸੋਚਿਆ ਵੀ ਮੈਂ ਵੀ ਉਸ ਰਾਹ ਵੱਲ ਨੂੰ ਤੁਰ ਪੈਂਦੀ ਹਾਂ ਸੁਰ ਮੇਰੇ ਕੋਲ ਹੈਗਾ ਤੇ ਮੈਂ ਵੀ ਉਦਾਂ ਦੇ ਊਟ ਪਟਾਂਗ ਜੇ ਗੀਤ ਗਾ ਕੇ ਤੇ 4 ਪੈਸੇ ਕਮਾ ਲਵਾਂ ਪਰ ਨਹੀਂ ਮੈਨੂੰ ਤੁਹਾਡੇ ਵਰਗੀਆਂ ਜਿਹੜੀਆਂ ਰੂਹਾਂ ਤੇ ਚੈਨਲ ਜਿਹੜੇ ਤੁਹਾਡੇ ਵਰਗੇ ਚਲਾਉਂਦੇ ਨੇ ਤੇ ਜਦੋਂ ਇਦਾਂ ਖਬਰ ਹੋ ਜਾਂਦੀ ਨੇ ਮੈਨੂੰ ਹੋਰ ਹੌਸਲਾ ਹੋ ਜਾਂਦਾ ਕਿ ਕੋਈ ਨਹੀਂ ਹੌਸਲਾ ਰੱਖ ਤੂੰ ਕੋਈ ਗੱਲ ਨਹੀਂ ਕਦੀ ਨਾ ਕਦੀ ਤੇਰਾ ਵੀ ਮੌਕਾ ਹੋ ਜਾਊਗਾ ਤੇ ਬਾਕੀ ਹੌਸਲਾ ਜਿਹੜਾ ਮੱਥੇ ਦੀ ਲਕੀਰ ਆ ਉਹ ਤਾਂ ਕਿਤੇ ਗਈ ਨਹੀਂ ਬੇਟਾ ਉਹ ਤਾਂ ਸਰਕਾਰ ਦੇਈ ਜਾਂਦੀ ਰੋਟੀ ਵੀ ਦੇਈ ਜਾਂਦੀ ਆ ਤੇ ਕਾਰੋਬਾਰ ਵੀ ਚਲਾਈ ਜਾਂਦੀ ਨੇ ਤੇ ਜਾਣੀ ਕਿ ਮੈਨੂੰ ਇਹ ਨਹੀਂ ਕਦੀ ਮੇਰੇ ਮਨ 'ਚ ਆਈ ਵੀ ਮੈਂ ਇੱਦਾਂ ਦਾ ਕੰਮ ਕਰਾਂ ਤੇ ਮੈਂ ਵੀ 10-20 ਕੋਠੀਆਂ ਪਾਈਆਂ ਹੁਣ ਮੇਰੀਆਂ ਤੇ ਮੈਂ 10 ਗੱਡੀਆਂ ਦੇ ਥੱਲੇ ਉੱਤੇ ਤੁਰੀ ਫਿਰਾਂ ਮਤਲਬ ਇਹ ਮੇਰੇ ਦਿਲ 'ਚ ਵੀ ਨਹੀਂ ਆਉਂਦੀ ਕਿਉਂਕਿ ਮਾਲਕ ਤੋਂ ਮੈਂ ਮਾਲਕ ਦਾ ਸ਼ੁਕਰ ਕਰਦੀ ਹਾਂ ਕਿ ਥੋੜ੍ਹਾ ਥੋੜ੍ਹਾ ਕੰਮ ਕਰਮ ਚੱਲੀ ਵੀ ਜਾਂਦਾ ਅਤੇ ਰੋਟੀ ਪਾਣੀ ਵੀ ਚੱਲੀ ਜਾਂਦਾ ਅਤੇ ਬੱਚੇ ਵੀ ਬੇਟੀਆਂ ਵੀ ਮੇਰੀਆਂ 2 ਵਿਆਹੀਆਂ ਗਈਆਂ ਇੱਕ ਹੋਰ ਵਿਆਹਣ ਵਾਲੀ ਉਹ ਵੀ ਇੱਦਾਂ ਹੀ ਮਾਲਕ ਪਰ ਭੈਣ ਜੀ ਇੱਕ ਹੋਰ ਵੀ ਸਵਾਲ ਹੈ ਨਾ ਕਿ ਜਦੋਂ ਤੁਹਾਡੇ ਕੋਲ ਚੰਗਾ ਪੈਸਾ ਟਕਾ ਵੀ ਆਉਂਦਾ ਰਿਹਾ ਕੁਛ ਕੁ ਵਰੇ ਪਹਿਲਾਂ ਤੱਕ ਮੇਲਿਆਂ ਤੋਂ ਤੁਹਾਨੂੰ 21,000 11,000 ਜਾਂ ਪਤਾ ਨਹੀਂ ਕਿੰਨੇ ਮਿਲਦੇ ਵੀ ਹੋਣਗੇ ਬਈ ਤੁਸੀਂ ਉਦੋਂ ਸੰਭਾਲ ਨਹੀਂ ਸਕੇ ਜਾਂ ਘੱਟ ਪੜ੍ਹੇ ਲਿਖੇ ਹੋਣ ਕਰਕੇ ਜਿਹਨੂੰ ਮੈਨੇਜਮੈਂਟ ਕਹਿੰਦੇ ਆ ਕੁਸ਼ਲ ਪ੍ਰਬੰਧਨ ਉਹਦੀ ਘਾਟ ਰਹੀ ਜਾਂ ਕੋਈ ਹੋਰ ਕਾਰਨ ਨਹੀਂ ਨਹੀਂ ਕਾਰਨ ਇੱਕੋ ਇੱਦਾਂ ਹੀ ਆ ਵੀ ਕਈ ਵਾਰੀ ਜੇ ਸਾਨੂੰ 20,000 ਮਿਲ ਗਿਆ ਤੇ ਉਸੇ ਹਿਸਾਬ ਦਾ ਤੇ ਉਸੇ ਹਿਸਾਬ ਦਾ ਖਰਚਾ ਹੋ ਜਾਂਦਾ ਜੇ ਸਾਨੂੰ 10 ਮਿਲ ਗਿਆ ਤੇ ਉਸੇ ਤਰੀਕੇ ਦਾ ਖਰਚਾ ਵਾ ਜੇ ਸਾਨੂੰ 50 ਵੀ ਮਿਲ ਗਿਆ ਕਿਤੇ ਦੂਰ ਨੇੜੇ ਅਸੀਂ ਦਿੱਲੀ ਜਾਂ ਅਸੀਂ ਬੰਬੇ ਗਏ ਵਾਂ ਜੇ ਕਿਤੇ ਸਾਨੂੰ ਸੱਦ ਵੀ ਲਿਆ ਤੇ ਉਸੇ ਤਰੀਕੇ ਦਾ ਖਰਚਾ ਹੋ ਜਾਂਦਾ ਫਿਰ ਖਰਚੇ ਹੋ ਜਾਂਦੇ ਨੇ ਜਿੱਡਾ ਸਿਰ ਉੱਡਾ ਵਾਰਨਾ ਵਾ ਇਸ ਤਰ੍ਹਾਂ ਹੋ ਜਾਂਦਾ ਜੇ ਸਾਨੂੰ ਇਦਾਂ ਹੋ ਜਾਂਦਾ ਕਿ ਜੇ ਸਾਡਾ ਕੰਮ ਇਦਾਂ ਦਾ ਪ੍ਰੋਗਰਾਮ ਲੱਗਾ ਤੇ ਉਸੇ ਫਿਰ ਸਾਨੂੰ ਪੇਮੈਂਟਾਂ ਖਰਚੇ ਵੰਡਣੇ ਪੈਂਦੇ ਪ੍ਰਬੰਧ ਸਾਰੇ ਉਹੋ ਜਿਹੇ ਕਰਨੇ ਉਦਾਂ ਦੇ ਕਰਨੇ ਉਹ ਹੋ ਜਾਂਦਾ ਕੰਮ ਜਦੋਂ ਸਾਨੂੰ ਫਿਰ ਬਿਲਕੁਲ ਕਹਿ ਦਿੰਦੇ ਵੀ ਆ ਜਾਓ ਜੀ ਸੇਵਾ 'ਚ ਹੀ ਆ ਜਾਓ ਤੇ ਅਸੀਂ ਫਿਰ ਸੇਵਾ ਵਾਲਾ ਕੰਮ ਕਰ ਲੈਂਦੇ ਤੇ ਸ਼ਾਹਕੋਟ ਨੂੰ ਕਿਹੜੀ ਗੱਲੋਂ ਛੱਡਤਾ ਨਹੀਂ ਸ਼ਾਹਕੋਟ ਨੂੰ ਮੈਂ ਜਾਨੀ ਕਿ ਇਦਾਂ ਉਦਾਸ ਥੋੜਾ ਜਿਹਾ ਹੋ ਗਈ ਸੀਗੀ ਉਦਾਸੀ ਮੇਰੇ ਤੇ ਆਈ ਕਿ ਮਤਲਬ ਮੈਨੂੰ ਘਰ ਵਾਲੇ ਨੇ ਮੇਰੇ ਨੇ ਬਹੁਤ ਉੱਚਾ ਪਦਵੀ ਤੇ ਪਹੁੰਚਾਇਆ ਮੈਨੂੰ ਤੇ ਹੁਣ ਵੀ ਉਹਦੇ ਸੰਯੋਗ ਦੇ ਨਾਲ ਉਹਨਾਂ ਦੇ ਪੈਰਾਂ ਪਿੱਛੇ ਕੋਈ ਗੱਲ ਨਹੀਂ ਜਾਨੀ ਕਿ ਮੇਰਾ ਦਿਲ ਉਦਾਸ ਹੋ ਗਿਆ ਕਿ ਬੇਟੀਆਂ ਮੇਰਾ ਲੜਕਾ ਹੈ ਨਹੀਂ ਸੀ ਕੋਈ ਤੇ ਬੇਟੀਆਂ ਆਪੋ ਆਪਣੇ ਘਰਾਂ ਵਾਲੀਆਂ ਤੇ ਮੈਂ ਆਪਣੇ ਮਾਪਿਆਂ ਦੇ ਘਰ ਦੇ ਵਿੱਚ ਵੀ ਦਿਲ ਲਾਉਣ ਦੀ ਮਾਰੀ ਨੇ ਮੈਂ ਆਪਣੇ ਇੱਥੇ ਕਮਰੇ ਪਾ ਲਏ ਤੇ ਚੱਲ ਕੋਈ ਨਾ ਕੋਈ ਭਰਾ ਕੋਈ ਚਾਚਾ ਕੋਈ ਤਾਇਆ ਕੋਈ ਬੇਟੀਆਂ ਲਾਗੇ ਨੇੜੇ ਵਿਆਹੀਆਂ ਰਹਿਣਗੀਆਂ ਮੈਨੂੰ ਇੱਕ ਦੂਸਰੀ ਨੂੰ ਮਿਲਦੀਆਂ ਰਹਿਣਗੀਆਂ ਬਸ ਮੈਂ ਹੌਸਲਾ ਜੇ ਇੱਦਾਂ ਰੱਖਣ ਵਾਸਤੇ ਤੇ ਸ਼ਾਹਕੋਟ ਤੇ ਮੇਰਾ ਦਿਲ ਨਹੀਂ ਸੀ ਕਰਦਾ ਛੱਡਣ ਨੂੰ ਤੇ ਨਾ ਮੈਂ ਛੱਡਿਆ ਵੀ ਨਹੀਂ ਗਾ ਉੱਦਾਂ ਮੇਰਾ ਦਿਲ ਉੱਥੇ ਹੀ ਰਹਿੰਦਾ ਵਾ ਤੇ ਸ਼ਾਹਕੋਟ ਨੂੰ ਛੱਡ ਕੇ ਜਦੋਂ ਇੱਥੇ ਆਏ ਹੋ ਤੇ ਫਿਰ ਜਿਹੜਾ ਤੁਹਾਡਾ ਕੰਮ ਹੈ ਕਾਰੋਬਾਰ ਹੈ ਇਹਦੇ ਵਿੱਚ ਕੋਈ ਫਰਕ ਪਿਆ ਜਾਂ ਨਹੀਂ 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 ਕੋਈ ਫਰਕ ਨਹੀਂ ਗਾ ਕੋਈ ਮਤਲਬ ਇੱਦਾਂ ਹੀ ਮਹੀਨਾ 10 ਦਿਨ ਹੋ ਜਾਂਦੇ ਨੇ ਵਿੱਚ ਇੱਕ ਅੱਧਾ ਪ੍ਰੋਗਰਾਮ ਵੀ ਆ ਜਾਂਦਾ ਤੇ ਬਿਰਲਾ ਟਾਵਾ ਪ੍ਰੋਗਰਾਮ ਮਿਲ ਜਾਂਦਾ ਮਿਲ ਜਾਂਦਾ ਹਾਂਜੀ ਮਿਲ ਜਾਂਦਾ ਜੀ ਕਿੰਨੇ ਕ ਪੈਸੇ ਵਾਲਾ ਮਿਲ ਜਾਂਦਾ ਅੰਦਾਜ਼ਾ ਅੰਦਾਜ਼ਾ ਵੱਧ ਤੋਂ ਵੱਧ 10,000 ਵਾਲਾ 12,000 ਵਾਲਾ ਮਿਊਜ਼ੀਸ਼ੀਅਨ ਦੇ ਖਰਚੇ ਮਿਲ ਜਾਂਦੇ ਰੋਟੀ ਪਾਣੀ ਚੱਲੀ ਜਾਂਦਾ ਔਖੇ ਸੌਖੇ ਰੋਟੀ ਪਾਣੀ ਚੱਲੀ ਜਾਂਦਾ ਮਤਲਬ ਤੁਸੀਂ ਨਾ ਇੱਕ ਹਿਚਕੀਆਂ ਵਾਲਾ ਗੀਤ ਗਾਉਂਦੇ ਹੁੰਦੇ ਆ ਹਾਂਜੀ ਹਾਂਜੀ ਉਹ ਮੈਨੂੰ ਬੜਾ ਪਿਆਰਾ ਲੱਗਦਾ ਹਾਂਜੀ ਹਾਂਜੀ ਜੇ ਉਹਦੇ ਬੋਲ ਸਾਂਝੇ ਕਰ ਲਓ ਤਾਂ ਮੈਂ ਕਹਾਂ ਜ਼ਰੂਰ ਜੀ Yeah.
ਤੇਰੀਆਂ ਵਿੱਚ ਵਤਨਾਂ ਦੇ ਲੋੜਾਂ ਕਮਲੀ ਕਰਕੇ ਮੈਨੂੰ ਸਿੱਟ ਗਈਆਂ ਸਾਈਆਂ ਹੈ ਵੇ ਬੈਠੀ ਕੱਖ ਗਲੀਆਂ ਦੇ ਸੁੱਤੀ ਪਈ ਨੂੰ ਹਿਚਕੀਆਂ ਖੈਰ ਹੋਏ ਸੱਜਣਾਂ ਦੀ ਸੁੱਤੀ ਪਈ ਨੂੰ ਹਿਚਕੀਆਂ ਵੇ ਖੈਰ ਹੋਏ ਸੱਜਣਾਂ ਦੀ ਅੱਖ ਫੱਟ ਕੇ ਮੈਂ ਡਾਡਾ ਘਬਰਾਈ ਕਿਆ ਬਾਤ ਆ ਵੇ ਖੈਰ ਹੋਵੇ ਸੱਜਣਾ ਵਾਹ ਵਾਹ ਕਿਆ ਬਾਤ ਆ ਮਜ਼ਾ ਆ ਗਿਆ ਸੱਚੀ ਬਹੁਤ ਖੂਬ ਨਿੱਕਾ ਜਿਹਾ ਵਕਫਾ ਲੈਂਦੇ ਆ ਜੀ ਬਾਕੀ ਦੀਆਂ ਗੱਲਾਂ ਤੁਹਾਡੇ ਨਾਲ ਇਸੇ ਤਰ੍ਹਾਂ ਜਾਰੀ ਰਹਿਣਗੀਆਂ ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ ਪ੍ਰਾਈਮ ਏਸ਼ੀਆ ਟੀਵੀ 'ਤੇ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਪ੍ਰੋਗਰਾਮ 'ਚ ਅੱਜ ਦਾ ਵਿਚਾਰ ਦੇ ਵਿੱਚ ਮੈਂ ਹਾਂ ਹਰਮਨ ਥਿੰਦ ਮੇਰੇ ਨਾਲ ਸਵਰਨ ਸਿੰਘ ਟਹਿਣਾ ਅਤੇ ਸਾਡੇ ਦੋਵਾਂ ਦੇ ਨਾਲ ਅੱਜ ਹਾਜ਼ਰ ਨੇ ਸਾਇਦਾ ਬੇਗਮ ਜੀ ਸੋ ਹੁਣ ਗੱਲਾਂ ਬਾਤਾਂ ਅੱਗੇ ਵਧਾਉਂਦੇ ਹਾਂ ਸਾਇਦਾ ਜੀ ਅੱਜ ਤੱਕ ਕਿੰਨੀ ਕੁ ਵਾਰ ਰੇਡੀਓ ਦੇ ਉੱਪਰ ਗਾ ਚੁੱਕੇ ਹੋ ਕਿੰਨੀ ਕੁ ਵਾਰ ਟੀ ਵੀ ਦੇ ਉੱਪਰ ਗਾ ਚੁੱਕੇ ਹੋ ਔਰ ਜੇ ਸਟੇਜਾਂ ਦੀ ਗੱਲ ਕਰੀਏ ਤੁਹਾਡੀ ਕਿਉਂਕਿ ਤੁਸੀਂ ਬਹੁਤ ਸਾਰੀਆਂ ਸਟੇਜਾਂ 'ਤੇ ਹੁਣ ਤੱਕ ਬਾਖੂਬੀ ਸੰਗੀਤ ਨੂੰ ਨਿਭਾ ਚੁੱਕੇ ਹੋ ਕਿੰਨੀਆਂ ਕੁ ਸਟੇਜਾਂ ਲਗਾਈਆਂ ਹੋਣ ਜਿਸ ਤਰ੍ਹਾਂ ਕਿ ਰੇਡੀਓ 'ਤੇ ਵੀ ਮੈਨੂੰ ਹੋ ਗਿਆ 10 ਸਾਲ ਗਾਉਂਦੀ ਨੂੰ ਜੀ ਤੁਸੀਂ ਉਹਨਾਂ ਦਾ ਟੈਸਟ ਪਾਸ ਹੋ ਜਿਹੜਾ ਏ ਗ੍ਰੇਡ ਬੀ ਗ੍ਰੇਡ ਹਾਂਜੀ 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 ਅੱਛਾ ਇੱਦਾਂ ਹੀ ਕਰਕੇ ਬਾਈ ਬੀ ਗ੍ਰੇਡ ਇੱਦਾਂ ਮਿਲਿਆ ਸੀਗਾ ਜੀ 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 ਯਾਦ ਭੁੱਲ ਗਿਆ ਤੇ ਕਿੰਨੇ ਕੁ ਚਿਰ ਬਾਅਦ ਬੁਲਾ ਲੈਂਦੇ ਉਹ ਹਾਂ ਵੈਸੇ 6 ਮਹੀਨੇ ਬਾਅਦ ਵੀ ਜਦੋਂ ਛੇਤੀ ਤੋਂ ਛੇਤੀ ਬੁਲਾ ਲੈਂਦੇ ਨੇ ਜੀ ਹਾਂ ਤੇ ਟੈਲੀਵਿਜ਼ਨ ਵਾਲੇ ਜਿਹੜੇ ਉਹਨਾਂ ਨੇ ਥੋੜ੍ਹਾ ਜਿਹਾ ਮੈਨੂੰ ਥੋੜ੍ਹਾ ਜਿਹਾ ਲੇਟ ਕੀਤਾ ਟੈਲੀਵਿਜ਼ਨ ਵਾਲਿਆਂ ਨੇ ਤੇ 3 ਵਾਰੀ ਬੁਲਾਇਆ ਮੈਨੂੰ 10 ਸਾਲਾਂ ਵਿੱਚ ਤੇ ਉਦੋਂ ਬਾਅਦ 'ਚ ਮੈਨੂੰ ਫਿਰ ਫੋਨ ਫਾਨ ਨਹੀਂ ਕੀਤਾ ਕਰ ਦੇਣਗੇ ਫਿਰ ਜੀ 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 ਹਾਂ ਸੁਣਦੇ ਰਹਿੰਦੇ ਆ ਤੇ ਸਟੇਜਾਂ ਕਿੰਨੀਆਂ ਅੱਖ ਲਗਾਈਆਂ ਸਟੇਜਾਂ ਵੱਲੋਂ ਤਾਂ ਮਾਲਕ ਦੀ ਕਿਰਪਾ ਵੀ ਆ ਸਰਕਾਰ ਦੀ ਉਸ ਮਾਲਕ ਦੀ ਸਟੇਜਾਂ ਵੀ ਜਿੱਦਾਂ ਆਪਾਂ ਦਿੱਲੀ ਤੱਕ ਇੱਧਰ ਇੱਧਰ ਘੁੰਮ ਘੁਮਾਈਆ ਕਰ ਜੇ ਅਮੂਮਨ ਇੱਕ ਗਿਣਤੀ ਲਗਾਉਣੀ ਹੋਵੇ ਵੀ ਹੁਣ ਤਾਂ ਇੰਨੀਆਂ ਕੁ ਸਟੇਜਾਂ ਮੈਂ ਨਿਭਾ ਚੁੱਕੀਆਂ ਕਿੰਨਾ ਕੁ ਅੰਦਾਜ਼ਾ ਹੋਏਗਾ ਅੰਦਾਜ਼ਾ ਤੁਸੀਂ ਦੱਸੋ ਵੀ ਸੈਂਕੜੇ ਦੇ ਵਿੱਚ ਜਾਂ ਹਜ਼ਾਰਾਂ ਦੇ ਵਿੱਚ ਹੋਣਗੀਆਂ ਨਹੀਂ ਹਿਸਾਬ ਜਿਹਾ ਵਧੀਆ ਲੱਗ ਗਈਆਂ ਵਾ ਮਤਲਬ ਸੈਂਕੜੇ ਲੱਗੀਆਂ ਹੋਣਗੀਆਂ ਪੰਜਾਬ ਦੇ ਵਿੱਚ ਵੀ ਮਤਲਬ ਮੈਨੂੰ ਸਹਿਯੋਗ ਬੜਾ ਤੁਸੀਂ ਬਹੁਤਾ ਤਾਂ ਮੇਲਿਆਂ ਦੇ ਉੱਤੇ ਗਾਇਆ ਹਾਂ ਮੇਲਿਆਂ ਤੇ ਵੀ ਸਰਕਾਰੀ ਫੰਕਸ਼ਨਾਂ ਤੇ ਵੀ ਸਰਕਾਰੀ ਪ੍ਰੋਗਰਾਮ ਨਹੀਂ ਹੁੰਦੇ ਜਿਹੜੇ ਜੀ 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 ਜਿੱਦਾਂ ਪੱਤਰਕਾਰ ਜਿਹੜੇ ਉਹਨਾਂ ਨੇ ਗਾਂਹ ਤੋਂ ਗਾਂਹ ਪਹੁੰਚਾਇਆ ਆਪਾਂ ਨੂੰ ਜਿੱਦਾਂ ਮਾਨਕ ਸਾਹਿਬ ਸੀਗੇ ਜਿੱਦਾਂ ਸਾਡੇ ਸੈਦਪੁਰੀ ਜੀ ਮਤਲਬ ਇੱਦਾਂ ਨੇ ਗਾਂਹ ਤੋਂ ਗਾਂਹ ਇੱਦਾਂ ਬਿਲਕੁਲ ਤੁਹਾਡੀ ਗੱਲ ਸਹੀ ਸਤਨਾਮ ਸਿੰਘ ਮਾਣਕ ਜੀ ਤੇ ਗਿਆਨ ਸਾਹਿਦਪੁਰੀ ਹੋਰੀ ਨੇ ਜਿਹੜੇ ਉਹ ਵਧੀਆ ਤਰੀਕੇ ਦੇ ਨਾਲ ਚੰਗੇ ਕਲਾ ਦੇ ਨਾਲ ਜੁੜੇ ਹੋਏ ਲੋਕਾਂ ਨੂੰ ਅੱਗੇ ਲੈ ਕੇ ਜਾਂਦੇ ਹਾਂ ਹਾਂ ਜ਼ਰੂਰ ਜ਼ਰੂਰ ਜੀ ਉਹਨਾਂ ਨੇ ਦਿੱਲੀ ਦਾ ਪ੍ਰੋਗਰਾਮ ਮੈਨੂੰ ਦਵਾਇਆ ਉਹਨਾਂ ਨੇ ਸਾਹਿਦਪੁਰੀ ਜੀ ਨੇ ਜੀ ਹਾਂ ਕਾਫੀ ਅੱਛੇ ਅੱਛੇ ਪ੍ਰੋਗਰਾਮ ਵੀ ਮਿਲੇ ਆ ਵਿੱਚ ਵੀ ਮਤਲਬ ਇੱਦਾਂ ਸੇਵਾ 'ਚ ਵੀ ਮਿਲੇ ਆ ਜੀ ਤੇ ਕਈ ਵਾਰ ਸਟੇਜਾਂ ਦੇ ਉੱਪਰ ਇਹੋ ਜਿਹੀਆਂ ਕੁਝ ਘਟਨਾਵਾਂ ਵਾਪਰ ਜਾਂਦੀਆਂ ਨੇ ਕਈ ਵਾਰ ਕੁਝ ਇਹੋ ਜਿਹੇ ਕਹਿ ਲਓ ਸਰੋਤੇ ਤੁਹਾਨੂੰ ਮਿਲ ਜਾਂਦੇ ਨੇ ਜ਼ਿੰਦਗੀ ਦੇ ਵਿੱਚ ਜਿਨ੍ਹਾਂ ਦੀਆਂ ਕਈਆਂ ਹੋਈਆਂ ਗੱਲਾਂ ਬੰਦੇ ਨੂੰ ਹਮੇਸ਼ਾ ਯਾਦ ਰਹਿ ਜਾਂਦੀਆਂ ਨੇ ਕਦੀ ਕੋਈ ਇਹੋ ਜਿਹਾ ਕੋਈ ਘਟਨਾ ਵਾਪਰੀ ਤੁਹਾਡੇ ਨਾਲ ਜਾਣੀ ਕਿ ਕਿਸ ਤਰ੍ਹਾਂ ਜਿਵੇਂ ਸਟੇਜ ਦੇ ਉੱਪਰ ਕਦੀ ਕੋਈ ਚੰਗੀ ਮੰਦੀ ਕਈ ਵਾਰ ਤੁਹਾਨੂੰ ਸਰੋਤੇ ਕੋਈ ਐਸੀ ਗੱਲ ਕਹਿ ਜਾਂਦੇ ਨੇ ਜਿਹੜੀ ਹਮੇਸ਼ਾ ਬੰਦੇ ਨੂੰ ਯਾਦ ਰਹਿੰਦੀ ਹੈ ਬੜਾ ਕੁਛ ਹੁੰਦਾ ਜੀ ਉਹ ਕੋਈ ਆਈ ਕਈ ਮੈਂ ਤੁਹਾਨੂੰ ਦੱਸਦੀ ਆ ਵੀ ਕਈ ਵਾਰੀ ਤੇ ਇਦਾਂ ਦੇ ਲੋਕ ਸਾਨੂੰ ਟੱਕਰ ਜਾਂਦੇ ਨੇ ਕਿ ਬਿਲਕੁਲ ਹੀ ਸਾਨੂੰ ਮਤਲਬ ਪਹਿਰੇ ਲੱਗੇ ਹੁੰਦੇ ਨੇ ਪੁਲਿਸਾਂ ਦੇ ਤੇ ਬੜੇ ਅਦਬ ਨਾਲ ਸਾਨੂੰ ਕੁਰਸੀਆਂ ਦੇ ਉੱਤੇ ਬਾ ਕੇ ਬੜੇ ਮਾਣ ਸਤਿਕਾਰ ਨਾਲ ਸਾਨੂੰ ਮਤਲਬ ਬਾਉਂਦੇ ਤੇ ਕਈ ਵਾਰੀ ਇਦਾਂ ਦੀਆਂ ਸਟੇਜਾਂ ਵੀ ਸਾਨੂੰ ਮਿਲ ਜਾਂਦੀਆਂ ਕਿ ਮਤਲਬ ਗਰੀਬੀ ਤੋਂ ਗਰੀਬੀ ਵਾਲੀਆਂ ਵੀ ਮਿਲ ਜਾਂਦੀਆਂ ਨੇ ਤੇ ਕਈ ਵਾਰੀ ਇਦਾਂ ਦੇ ਲੋਕ ਸ਼ੈਤਾਨ ਵੀ ਵਿੱਚ ਹੁੰਦੇ ਨੇ ਉਹ ਮਤਲਬ ਵਧੋ ਵਧੀ ਪੰਗਾ ਲੜਾਈ ਦਾ ਇੱਧਰ ਉੱਧਰ ਬੋਲਾਂ ਕਰਦੇ ਤੇ ਮਤਲਬ ਵੀ ਪਾਉਣਾ ਸੀ ਫਿਰ ਬੜੇ ਆਰਾਮ ਨਾਲ ਆਪਣਾ ਗਾਣਾ ਜਿਹੜੇ ਸਾਨੂੰ ਜਿਹੜੀ ਜ਼ਿੰਮੇਵਾਰੀ ਤੇ ਸਾਨੂੰ ਸੱਦਦੇ ਨੇ ਲੋਕ ਉਹਨਾਂ ਨੇ ਕਿਹਾ ਤੁਸੀਂ ਕਿਸੇ ਗੱਲੋਂ ਮਤਲਬ ਪਰੇਸ਼ਾਨ ਨਹੀਂ ਹੋਣਾ ਤੁਸੀਂ ਅਸੀਂ ਹੈਗੇ ਤੁਹਾਨੂੰ ਬੁਲਾਉਣ ਵਾਲੇ ਵੀ ਸਾਇਦਾਂ ਜੀ ਤੁਸੀਂ ਨਹੀਂ ਪਰੇਸ਼ਾਨ ਹੋਣਾ ਤੁਸੀਂ ਅੱਛੇ ਤਰੀਕੇ ਨਾਲ ਗਾ ਕੇ ਜਾਓ ਮਜ਼ੇ ਨਾਲ ਆਪਣਾ ਜੋ ਸੇਵਾ ਪਾਣੀ ਲਿਜਾਣਾ ਤੇ ਤੁਸੀਂ ਲਿਆਓ ਤੇ ਉਦਾਂ ਦੁਨੀਆ ਤੇ ਤੁਹਾਨੂੰ ਪਤਾ ਰੰਗ ਬਰੰਗੀ ਹੁੰਦੀ ਹੈ ਕਈਆਂ ਨੂੰ ਮਤਲਬ ਗਾਣਾ ਕਿਸੇ ਦੇ ਕੋਲੋਂ ਦੀ ਨਹੀਂ ਲੰਘਿਆ ਹੁੰਦਾ ਵੀ ਗਾਣਾ ਹੁੰਦਾ ਕਿ ਅਗਲਿਆਂ ਦੇ ਪਤਾ ਨੀ ਕੀ ਕਰੀ ਜਾਣ ਡਿਆ ਜਿਹਨਾਂ ਨੂੰ ਪਤਾ ਹੀ ਨੀਗਾ ਕੁੜੀਆਂ ਦੇ ਮੁਤਲਕ ਔਰਤ ਦੇ ਮੁਤਲਕ ਗਲਤ ਸ਼ਬਦਾਵਲੀ ਦੀ ਵਰਤੋਂ ਕਰਨੀ ਕਦੇ ਇਹੋ ਜਿਹਾ ਵਾਕਿਆ ਵੀ ਵਾਪਰਿਆ ਕਿ ਨਹੀਂ
ਨਹੀਂ ਨਹੀਂ ਮਾਲਕ ਨੇ ਇੱਦਾਂ ਕੀਤਾ ਕਿ ਸਟੇਜਾਂ ਇੱਦਾਂ ਦੀਆਂ ਦਿੱਤੀਆਂ ਨੇ ਕਿਉਂਕਿ ਮੈਂ ਜਿੰਨਾ ਜਿੰਨਾ ਲੋਕਾਂ ਨੇ ਮੈਨੂੰ ਪਿਆਰ ਨਾਲ ਸੱਦਿਆ ਵਾ ਜਿੰਨਾ ਜਿੰਨਾ ਨੇ ਮੇਰਾ ਅਦਬ ਕੀਤਾ ਉਹ ਦੂਰ ਦੂਰ ਹੀ ਰਹਿੰਦੇ ਨੇ ਜਿਹੜੇ ਬੇਅਦਬੀ ਕਰਦੇ ਨੇ ਸਟੇਜ ਦੇ ਲਾਗੇ ਆਏ ਨਹੀਂ ਅਤੇ ਕੋਈ ਇੱਦਾਂ ਦੀ ਘਟਨਾ ਅਜੇ ਤੱਕ ਤਾਂ ਮੈਨੂੰ ਹੋ ਗਿਆ ਨੇ 20 ਸਾਲ ਗਾਉਂਦੀ ਨੂੰ ਹਜੇ ਤੱਕ 20 ਸਾਲ ਹੋ ਗਏ ਨੇ ਵੀ ਮੈਨੂੰ ਸਾਰਿਆਂ ਨੇ ਅਦਬ ਕੀਤਾ ਔਰ ਮੈਨੂੰ ਮੱਥਾ ਟੇਕਿਆ ਅਤੇ ਕਿਹਾ ਵੀ ਨਹੀਂ ਸਿੱਧਾ ਜੀ ਤੁਸੀਂ ਮਜ਼ਾ ਲਓ ਆਪਣਾ ਕੋਈ ਮਿੱਠੀ ਯਾਦ ਜੇ ਸਾਂਝੀ ਕਰਨੀ ਹੋਏ ਵੀ ਜਿਹੜੀ ਤੁਹਾਨੂੰ ਅਕਸਰ ਹੀ ਤੁਹਾਡੇ ਜ਼ਹਿਨ ਦੇ ਵਿੱਚ ਆ ਜਾਂਦੀ ਸੁਪਨਿਆਂ ਦੇ ਵਿੱਚ ਆ ਜਾਂਦੀ ਹੈ ਕਈ ਵਾਰੀ ਕੋਈ ਇਹੋ ਜਿਹੀ ਯਾਦ ਹੁੰਦੀ ਆ ਵੀ ਸੋਚ ਕੇ ਗਏ ਸੀ ਵੀ ਇੰਨੇ ਕੁ ਪੈਸੇ ਮਿਲਣੇ ਆ ਪਰ ਅੱਗੋਂ ਬੰਦੇ ਨੇ ਬੁੱਕ ਭਰ ਕੇ ਦਿੱਤਾ ਜੀ ਜੀ ਤੇ ਇਉਂ ਲੱਗਦਾ ਵੀ ਭਾਈ ਆਹ ਤਾਂ ਨਾ ਸੱਚੀ ਮੁੱਚੀ ਹੁਣ ਲੋੜਾਂ ਪੂਰੀਆਂ ਹੋ ਜਾਣੀਆਂ ਆਹ ਕੁੜੀ ਦੀਆਂ ਕਿਤਾਬਾਂ ਵੀ ਆ ਜਾਣੀਆਂ ਆਹ ਪੇਟੀ ਦੇ ਵਿੱਚ ਲੀੜੇ ਵੀ ਰੱਖੇ ਜਾਣੇ ਆ ਪੀਪੇ ਦੇ ਵਿੱਚ ਆਟਾ ਵੀ ਆ ਜਾਣਾ ਕੋਈ ਇਹੋ ਜਿਹੀ ਯਾਦ ਸਰ ਦੇਖੋ ਨਾ ਤੁਸੀਂ ਤਾਂ ਬਹੁਤ ਅੱਛੀਆਂ ਗੱਲਾਂ ਕਰਦੇ ਨੇ ਜਵਾਬ ਦੇਣਾ ਬੜਾ ਔਖਾ ਹੋ ਗਿਆ ਕਿ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਜਦੋਂ ਇਨਸਾਨ ਦੀਆਂ ਲੋੜਾਂ ਵੱਲ ਜਾਈਏ ਤਾਂ ਲੋੜਾਂ ਜ਼ਿੰਦਗੀ ਵਿੱਚ ਜਿੰਨਾ ਚਿਰ ਇਨਸਾਨ ਦੇ ਸਵਾਸ ਵਿੱਚ ਸਾਹ ਨੇ ਲੋੜਾਂ ਪੂਰੀਆਂ ਨਹੀਂ ਹੁੰਦੀਆਂ ਜੀ ਜੇ ਬੰਦਾ ਅਮੀਰ ਬਣ ਜਾਂਦਾ ਤਾਂ ਉਹ ਅਮੀਰਾਂ ਵਾਲੇ ਕੰਮ ਕਰਨ ਲੱਗ ਪੈਂਦਾ ਜ਼ਿਆਦਾ ਉਹ ਲੋੜਾਂ ਵੱਧ ਜਾਂਦੀਆਂ ਅਤੇ ਜੇ ਉਹ ਗਰੀਬ ਆ ਤਾਂ ਉਹਨੂੰ ਫਿਰ ਵੀ ਚੈਨ ਨਹੀਂ ਗੀ ਚੈਨ ਤਾਂ ਇਨਸਾਨ ਨੂੰ ਇੱਕ ਸਕੂਨ ਨਾਲ ਅੱਛੇ ਤਰੀਕੇ ਨਾਲ ਗਾਓ ਅਤੇ ਅੱਛੇ ਤਰੀਕੇ ਨਾਲ ਆਪਣੀ ਇਬਾਦਤ ਵੀ ਕਰੋ ਅਤੇ ਚੰਗੀਆਂ ਮੰਦੀਆਂ ਜਿਹੜੀਆਂ ਗੱਲਾਂ ਆਪਣੇ ਪਰਮਾਤਮਾ ਤੋਂ ਬਖਸ਼ਾਓ ਅਤੇ ਕਰਿਆ ਉਹ ਸਾਰੇ ਕੰਮ ਕਰੀ ਜਾਂਦਾ ਜਦੋਂ ਤੁਸੀਂ ਗੱਲ ਕਹੀ ਸੀ ਨਾ ਪਹਿਲੇ ਸਵਾਲ ਦੇ ਜਵਾਬ 'ਚ ਵੀ ਮੱਥਾ ਟੇਕਦੇ ਆ ਚੰਗੇ ਸਰੋਤੇ ਮਿਲਦੇ ਆ ਉਹ ਇਕੱਲੇ ਮੱਥਾ ਹੀ ਟੇਕਦੇ ਰਹੇ ਜਾਂ ਕੋਈ ਤੁਹਾਡੀ ਮਦਦ ਵੀ ਕਰਦੇ ਰਹੇ ਨਹੀਂ ਕਰਦੇ ਰਹੇ ਜ਼ਰੂਰ ਮਦਦ ਜਿੰਨੀ ਕੁ ਮੇਰੀ ਮਤਲਬ ਕਾਤ ਲਾ ਲਓ ਜਾਂ ਜਿੰਨਾ ਕੁ ਸਮਾਂ ਜਿਸ ਤਰ੍ਹਾਂ ਦਾ ਸਮਾਂ ਚੱਲ ਰਿਹਾ ਉਸੇ ਸਮੇਂ ਨਾਲ ਮੈਨੂੰ ਪਿਆਰ ਵੀ ਮਿਲਦਾ ਵਾ ਅਤੇ ਮੈਨੂੰ ਮਤਲਬ ਪੈਸਾ ਵੀ ਮਿਲਦਾ ਵਾ ਫਲਾਣੇ ਸਾਈਂ ਦੇ ਦਰਬਾਰ ਚ ਜਾਣਾ ਉਹ ਸਾਈਆਂ ਦੇ ਕਰਕੇ ਕਈਆਂ ਦਾ ਵਾਹਵਾ ਕੁਛ ਤੋਰੀ ਫੁਲਕਾ ਚੱਲਿਆ ਤੇ ਤੁਹਾਡਾ ਵੀ ਹੁਣ ਤੁਸੀਂ ਕਹਿੰਦੇ ਹੋ ਵੀ ਭਾਈ ਅੱਗੇ ਵਾਲੀ ਗੱਲ ਨਹੀਂ ਤੇ ਦਰਬਾਰ ਤਾਂ ਹੁਣ ਵੀ ਚੱਲਦੇ ਆ ਅਸੀਂ ਉਹਨਾਂ ਦੀ ਆਸਥਾ ਦੇ ਉੱਤੇ ਕੋਈ ਟਿੱਪਣੀ ਨਹੀਂ ਕਰਦੇ ਪਰ ਦੁਕਾਨਦਾਰੀ ਜੀ ਕਈ ਲੋਕਾਂ ਦੀ ਕਈ ਤਰੀਕੇ ਨਾਲ ਚੱਲਦੀ ਹੈ ਤੁਹਾਡੀ ਕਾਹਤੋਂ ਆਏ ਡਾਮਾਡੋਲ ਨਹੀਂ ਦੇਖੋ ਨਾ ਮੈਂ ਤੁਹਾਨੂੰ ਦੱਸਦੀ ਹਾਂ ਨਾ ਵੀ ਜਿੱਦਾਂ ਹੁਣ ਆਪਾਂ ਆਪਣੇ ਤਰੀਕੇ ਨਾਲ ਚੱਲੀਦਾ ਨਾ ਕਿ ਜਿੱਦਾਂ ਕੋਈ ਸੱਦ ਲੈਂਦਾ ਉਸੇ ਤਰੀਕੇ ਨਾਲ ਜੇ ਮੈਨੂੰ ਕੋਈ 2100 ਤੇ ਸੱਦ ਲੈਂਦਾ ਮੈਂ ਚਲੇ ਜਾਂਦੀ ਜੇ ਮੈਨੂੰ ਕੋਈ 1100 ਤੇ ਸੱਦ ਲੈਂਦਾ ਮੈਂ ਚਲੇ ਜਾਂਦੀ ਜੇ ਮੈਨੂੰ 20000 ਤੇ ਸੱਦ ਲਾ ਮੈਂ ਚਲੇ ਜਾਂਦੀ ਮੈਂ ਆਪਣੀ ਹਸਤੀ ਮਾਰ ਕੇ ਚਲੇ ਜਾਂਦੀ ਕਿ ਮੇਰੇ ਵੱਲੋਂ ਕੋਈ 1,00,000 ਰੁਪਇਆ ਕਮਾ ਕੇ ਬੈਠਾ ਹੋਵੇ ਕੋਈ ਬਾਬਾ ਆਪਣੇ ਵੱਲੋਂ ਕੋਈ 1,00,000 ਰੁਪਇਆ ਕਮਾ ਕੇ ਬੈਠਾ ਹੋਵੇ ਮੈਨੂੰ ਜਿਸ ਤਰ੍ਹਾਂ ਵੀ ਕੋਈ ਸੱਦਦਾ ਮੈਂ ਜਾਂਦੀ ਜ਼ਰੂਰ ਕਿ ਮੈਂ ਆਪਣੇ ਸੰਗੀਤ ਨੂੰ ਕਹਿੰਦੀ ਕਿ ਮੈਨੂੰ ਤੰਦਰੁਸਤੀ ਦਾ ਮੇਰਾ ਸੰਗੀਤ ਮਰੇ ਨਾ ਤੇ ਮੈਂ ਇਦਾਂ ਜਿੰਨਾ ਚਿਕਰ ਜੀਣੀ ਆ ਤੇ ਮੈਨੂੰ ਸੇਵਾ 'ਚ ਸੱਦ ਦੇ ਤਾਂ ਵੀ ਜਾਂਦੀ ਆ ਜੇ ਕੋਈ ਮੈਨੂੰ ਪੈਸੇ ਦੇ ਕੇ ਜਾਂਦਾ ਮੈਂ ਤਾਂ ਵੀ ਚਲੇ ਜਾਂਦੀ ਮੈਂ ਅਗਲੇ ਦੀ ਮਜਬੂਰੀ ਵੀ ਦੇਖ ਲੈਣੀ ਪਤਾ ਨਹੀਂ ਮੈਨੂੰ ਤਾਂ ਤਰਲੇ ਜੇ ਕੜੀ ਅਗਲੇ ਭਾਵੇਂ 1,00,000 ਕਮਾ ਕੇ ਬੈਠਾ ਹੋਵੇ ਮੈਨੂੰ ਕਹਿਣਾ ਬੀਬੀ ਤੂੰ ਉਦਾਂ ਹੀ ਆ ਜਾਵੀਂ ਅਸੀਂ ਫਿਰ ਵੀ ਚਲੇ ਜਾਈਦਾ ਕਦੇ ਮਨ ਜੀ ਲੋਕਾਂ ਨੂੰ ਆਪਾਂ ਮਤਲਬ ਕਿਸੇ ਤਰੀਕੇ ਨਾਲ ਆਪਣੇ ਰੰਗ 'ਚ ਨਹੀਂ ਲਿਆ ਸਕਦੇ ਲੋਕਾਂ ਨੂੰ ਤਾਂ ਆਪਣਾ ਮਨ ਵਸ ਆਪਣਾ ਰੱਖਾਂਗੇ ਮਨ ਵਸ ਵਿੱਚ ਰੱਖਾਂਗੇ ਤੇ ਫਿਰ ਹੀ ਆਪਾਂ ਲੋਕਾਂ ਨੂੰ ਵਸ 'ਚ ਕਰ ਸਕਦੇ ਜੇ ਆਪਣਾ ਮਨ ਵਸ ਵਿੱਚ ਆ ਤੇ ਸਾਰੀ ਦੁਨੀਆ ਵਸ ਵਿੱਚ ਆ ਜੀ 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 ਜੇ ਮਨ ਹੀ ਨਹੀਂ ਵਸ ਵਿੱਚ ਦੁਨੀਆ ਕਿੱਦਾਂ ਵਸ 'ਚ ਕਰ ਸਕਦੇ ਦੁਨੀਆ ਤਾਂ ਬਹੁਤ ਕੀ ਬਾਤ ਆ ਕਦੇ ਜ਼ਹਿਨ ਦੇ ਵਿੱਚ ਇਹ ਖਿਆਲ ਨਹੀਂ ਆਏ ਜਦੋਂ ਇਹ ਜਿਹੜਾ ਕਾਰੋਬਾਰ ਹੈ ਜਦੋਂ ਇਹ ਰੋਟੀ ਫੁਲਕਾ ਔਖਾ ਹੋ ਜਾਂਦਾ ਅੱਗੇ ਤੋਰਨਾ ਜਦੋਂ ਡਾਵਾਂ ਡੋਲ ਸਥਿਤੀ ਹੋ ਜਾਂਦੀ ਹੈ ਕਦੇ ਮਨ 'ਚ ਇਹ ਨਹੀਂ ਆਇਆ ਵੀ ਮੈਂ ਗਾਇਕੀ ਛੱਡ ਕੇ ਕੋਈ ਹੋਰ ਕੰਮ ਕਰ ਲਵਾਂ ਜਾਂ ਇਹ ਮੇਰਾ ਫੈਸਲਾ ਗਲਤ ਸੀ ਮੈਨੂੰ ਇਸ ਕਿੱਤੇ ਦੇ ਵਿੱਚ ਆਉਣਾ ਨਹੀਂ ਚਾਹੀਦਾ ਸੀ ਮੈਂ ਕੀ ਖੱਟਿਆ ਅੱਜ ਤੱਕ ਨਹੀਂ ਮੈਨੂੰ ਮਤਲਬ ਕਦੀ ਵੀ ਨਹੀਂ ਇੱਦਾਂ ਹੋਇਆ ਮੈਨੂੰ ਇੱਦਾਂ ਭਰੋਸਾ ਰਹਿੰਦਾ ਵਾ ਕਿ ਜਿੱਥੇ ਜਦੋਂ ਮੈਂ ਆਪਣੇ ਜਿਸ ਪਰਮਾਤਮਾ ਨੂੰ ਮੈਂ ਮੰਨਦੀ ਰੱਬ ਤਾਂ ਇੱਕੋ ਹੀ ਆ ਪਰ ਜਿਸ ਪਰਮਾਤਮਾ ਨੂੰ ਮੈਂ ਮੰਨਦੀ ਹਾਂ ਉਦੋਂ ਫਿਰ ਮੇਰੀ ਜਾਨ ਜਿਹੜੀ ਉਹ ਸਵਾਸੇ ਉੱਥੇ ਚਲੇ ਜਾਂਦੇ ਕਿ ਮਾਲਕ ਹੁਣ ਤੂੰ ਕੋਈ ਨਾ ਕੋਈ ਪ੍ਰੋਗਰਾਮ ਭੇਜ ਦੇਵੀਂ ਅਤੇ ਮੇਰਾ ਧੰਦਾ ਚੱਲਦਾ ਰਹੇ ਅਤੇ ਪ੍ਰੋਗਰਾਮ ਤੇ ਫਿਰ ਉਹ ਮਾਲਕ ਭੇਜ ਦਿੰਦਾ ਕਿ ਨਹੀਂ ਭਰੋਸਾ ਰੱਖਦੀ ਮੈਂ ਭੇਜ ਦਿੰਦਾ ਜੀ ਜ਼ਰੂਰ ਚਲੋ ਵਧੀਆ ਗੱਲ ਹੈ ਤੁਸੀਂ ਨਾ ਮੈਂ ਬਹੁਤ ਸਾਰੇ ਤੁਹਾਡੇ ਕੋਲ ਮਾਲਕ ਨੂੰ ਖਿੱਚੀ ਫਿਰਦੀ ਆ ਔਰ ਉਹਦਾ ਤੇ 5-7 ਲੱਖ ਰੁਪਈਆ ਬੰਦੇ ਦੀ ਮਦਦ ਕਰੀਏ ਜਾਂ ਕੋ ਕਰਾਵੇ ਤੇ ਉਹ ਤਾਂ ਕੋ ਕਰਦਾ ਨਹੀਂ ਤੇ ਮਾਲਕ ਇੱਕ ਐਸੀ ਚੀਜ਼ ਹੈ ਜੋ ਹਰ ਦੀਆਂ ਲੋੜਾਂ ਪੂਰੀਆਂ ਕਰਦਾ ਮੈਂ ਉਹਨੂੰ ਭਰੋਸਾ ਰੱਖਦੀ ਬਿਲਕੁਲ ਸਹੀ ਗੱਲ ਤੁਸੀਂ ਬਹੁਤ ਸਾਰੇ ਬਾਬਾ ਬੁੱਲੇ ਸ਼ਾਹ ਦੇ ਕਲਾਮ ਪੇਸ਼ ਕੀਤੇ ਆ ਹਾਂਜੀ ਸਰ ਤੇ ਬਹੁਤ ਸਾਰੇ ਹੋਰ ਵੱਖ ਵੱਖ ਕਲਮਕਾਰਾਂ ਦੀ ਸੋਚ ਨੂੰ ਤੁਸੀਂ ਗਾਇਆ ਮੀਆਂ ਬਖਤਾਵਰ ਸਾਹਿਬ ਨੂੰ ਗਾਇਆ ਹਾਂਜੀ ਹਾਂਜੀ ਜ਼ਰੂਰ ਕਿਹੜਾ ਹੁਣ ਬੰਨਗੀ ਪੇਸ਼ ਕਰੋਗੇ ਕਿਹੜੇ ਗੀਤ ਨੂੰ ਪੇਸ਼ ਕਰੋਗੇ ਅਸਲ ਦੇ ਵਿੱਚ ਇਹ ਚਾਹੁੰਦੀ ਸੀ ਵੀ ਸੁਫੀਆਨਾ ਗਾਇਕੀ ਤੁਹਾਡੀ ਪਛਾਣ ਹੈ ਇਹ ਜ਼ਰੂਰ ਤੁਹਾਡਾ ਇੱਕ ਰੰਗ ਹੈ ਪਰ ਸੁਫੀਆਨਾ ਤੋਂ ਇਲਾਵਾ ਕਦੇ ਕੋਈ ਨਟਖਟ ਕਦੇ ਕੋਈ ਸ਼ਰਾਰਤੀ ਕਦੇ ਕੋਈ ਐਸੇ ਗੀਤ ਵੀ ਗਾਏ ਬਿਲਕੁਲ ਜ਼ਰੂਰ ਜੀ ਅੱਗੇ ਜਦੋਂ ਮਹਿਫਲਾਂ ਬੀਬੀਆਂ ਭੈਣਾਂ ਬੈਠੀਆਂ ਹੁੰਦੀਆਂ ਕਿਸੇ ਦੇ ਦਿਲ 'ਚ ਹੁੰਦਾ ਕਿ ਸਾਨੂੰ ਹੁਣ ਆਹ ਰੂਹ ਸੁਣਾ ਦੇਵੇ ਫਰਮਾਇਸ਼ਾਂ ਕਰਦੀਆਂ ਨੇ ਉਦੋਂ ਮੈਨੂੰ ਉਹਨਾਂ ਨੇ ਸੁਣਾਉਣਾ ਪੈਂਦਾ ਫਿਰ ਕੋਈ ਨਟਖਟ ਜਿਹਾ ਗੀਤ ਲਓ ਜੀ ਮਾਰਾ ਸੁਣਾ ਦਿੰਦੀ ਜੀ ਬੜੇ ਪਵਾੜੇ ਕਈ
ਭੋਲਾ ਤੇਰੇ ਪਿੱਛੇ ਪਿੱਛੇ ਆਉਣੀ ਆ ढोला तेरे पीछे पीछे आनिया होके मजबूर तेरे तरले मैं पौनिया इश्क दा रोग बुरा है इश्क दा रोग बुरा तेनू समझानिया वे सोनिया दिल दा मामला हीरे आ दिल दा मामला वे सोनिया दिल दा मामला ऐवें तैनी ढोला तेरे पीछे पीछे आनिया होके मजबूर तेरे तरले मैं पौनिया वाह वाह क्या बात है बहुत खूब कमाल कर दिती है मतलब ये है भी सबना रंगा ना गाउंदे आ जी हां तुसी एक बनाली होनी धारणा के सिर्फ सूफी पेश कर दे जी ताही मैं क्या भी कुछ नटखट जा भी होना चाहिए सारे तरह दा गाना पेंदा फिर गाण वाला बणदा हां बिल्कुल सही ताही पूर्ण तौर ते एक गाण वाला बणदा वाह एक चीज नी कव्वाली ठुमरी गजल गीत यानी कि एक मेरा लोक गीत सी बहुत सोना नी मैं पेकियां दे जाना मेनू चा कुड़ी वाह क्या बात मेनू लेण आया मेरा नी भरा कुड़ी वाह जेकर गुरबत ना हुंदी ता की हसरत सी भी केड़े मुकाम तक पहुंचना किस तरह के जानी भी जेकर आर्थिक तंगियां तुरशियां ना हुंदियां समय समय दे उते कई दरपेश चुनौतियां ना हुंदियां ता कोई सुपना सी भी जिन्नी गायकी तुहाडे कोल आ ਜਿਹਨੀ ਤੁਹਾਨੂੰ ਸੁਰ ਦੀ ਸਮਝ ਹੈ ਜਿਹਨੇ ਕੋਲ ਤੁਹਾਡੇ ਕੋਲ ਮੈਟਰ ਆ ਜਿੰਨਾ ਤੁਹਾਡੇ ਕੋਲ ਕਲਾਮ ਆ ਵੱਖ ਵੱਖ ਸ਼ਾਇਰਾਂ ਦਾ ਵੀ ਇਸ ਟੀ ਸੀ ਤੱਕ ਪਹੁੰਚਣਾ ਜੇਕਰ ਪੈਸੇ ਚੰਗੇ ਹੁੰਦੇ ਕੈਸਟਾਂ ਆਉਂਦੀਆਂ ਰਿਕਾਰਡਿੰਗਾਂ ਕਰਵਾਉਂਦੇ ਹੋਰ ਜੋ ਜੋ ਪੇਸ਼ ਕਰਗੀਆਂ ਚੱਲਦੀਆਂ ਕੋਈ ਟੀਚਾ ਸੀਗਾ ਜਿਹੜਾ ਪੈਸੇ ਦੀ ਘਾਟ ਕਰਕੇ ਉਸ ਥਾਂ ਤੱਕ ਨਹੀਂ ਪਹੁੰਚ ਸਕੇ ਸਰ ਇਸ ਤਰ੍ਹਾਂ ਨਾ ਕਿ ਦਿਲ 'ਚ ਆ ਵੀ ਜਾਂਦੀ ਹੈ ਕਿਉਂਕਿ ਦਿਲ ਇੱਕ ਐਸੀ ਚੀਜ਼ ਹੈ ਦਿਲ ਇੱਕ ਸਮੁੰਦਰ ਨਾਲੋਂ ਵੀ ਡੂੰਘਾ ਹੈ ਹਾਂ ਹੈ ਦਿਲ ਬੜੀ ਚੀਜ਼ ਬੰਦੇ ਦਾ ਦਿਲ ਕਰਦਾ ਕਿ ਮੈਂ ਆਹ ਵੀ ਹੋਵੇ ਮੇਰੇ ਕੋਲ ਇੱਦਾਂ ਵੀ ਹੋਵੇ ਮੇਰੇ 'ਚ ਉੱਦਾਂ ਵੀ ਹੋਵੇ ਜਾਣੀ ਮੇਰੀਆਂ ਖਵਾਹਿਸ਼ਾਂ ਪੂਰੀਆਂ ਹੋ ਜਾਣ ਲੇਕਿਨ ਕਈ ਗੱਲਾਂ ਹੁੰਦੀਆਂ ਵੀ ਜੇ ਤੁਹਾਨੂੰ ਦੱਸਿਆ ਵੀ ਪੈਸਾ ਵੀ ਬੜੀ ਵੱਡੀ ਚੀਜ਼ ਹੈ ਜਿਹਨਾਂ ਕੋਲ ਪੈਸਾ ਉਹਨਾਂ ਦੀਆਂ ਖਵਾਹਿਸ਼ਾਂ ਵੀ ਪੂਰੀਆਂ ਹੋ ਜਾਂਦੀਆਂ ਵਾ ਪੈਸੇ ਵਾਲੇ ਅੱਜ ਕੱਲ੍ਹ ਸਮਾਂ ਹੀ ਪੈਸੇ ਦਾ ਵਾ ਹੈ ਨਾ ਕਿ ਜਿਸ ਤਰ੍ਹਾਂ ਪੈਸੇ ਨੂੰ ਅੱਗੇ ਲਿਆ ਕੇ ਤਾਂ ਅਗਲੇ ਹਾਵ ਦੇ ਸੁਪਨੇ ਵੀ ਪੂਰੇ ਹੋ ਜਾਂਦੇ ਉਹਨਾਂ ਦਾ ਸਾਰੀਆਂ ਗੱਲਾਂ ਪੂਰੀਆਂ ਹੋ ਜਾਂਦੀਆਂ ਨੇ ਲੇਕਿਨ ਅਸੀਂ ਦਿਲ ਦੇ ਵਿੱਚ ਇਹ ਕਰਦੇ ਹਾਂ ਕਿ ਮਾਲਕ ਤੇਰੇ ਭਰੋਸੇ ਆ ਜੇ ਤੂੰ ਸਾਨੂੰ ਬਿਲਕੁਲ ਹੀ ਰੋਲਣਾ ਤਾਂ ਰੋਲ ਦੇ ਅਤੇ ਜੇ ਸਾਨੂੰ ਦੇਣਾ ਤਾਂ ਦੇ ਦੇ ਅਸੀਂ ਤਾਂ ਫਿਰ ਇੱਧਰ ਨੂੰ ਤੁਰੇ ਹੋਏ ਹਾਂ ਠੀਕ ਹੈ ਨਾ ਹਾਂ ਅਤੇ ਜੇ ਅਸੀਂ ਪੈਸੇ ਉੱਧਰ ਨੂੰ ਜੇ ਤੁਰਦੇ ਹਾਂ ਤਾਂ ਅੱਗੇ ਫਿਰ ਪੈਸਾ ਹਾਂ ਬਸ ਗੱਲ ਤਾਂ ਫਿਰ ਉਹਦੀ ਹੈ ਨਾ ਤੁਹਾਨੂੰ ਲੱਗਦਾ ਵੀ ਇਸ ਕਿੱਤੇ ਦੇ ਵਿੱਚ ਜਿਹਦੇ 'ਚ ਤੁਸੀਂ ਹੋ ਇੱਕ ਔਰਤ ਹੋਣ ਦੇ ਨਾਤੇ ਤੁਹਾਡੇ ਦਰਪੇਸ਼ ਚੁਣੌਤੀਆਂ ਜਿਹੜੀਆਂ ਉਹ ਵਧੇਰੇ ਰਹੀਆਂ ਨੇ ਮਰਦਾਂ ਦੇ ਤੁਹਾਨੂੰ ਵੱਧ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਇਹਨਾਂ ਨੇ ਕਹਿਣ ਦਾ ਬਹੁਤ ਜੀ ਬਹੁਤ ਬਹੁਤ ਕੀ ਕੀ ਉਹ ਮੁਸ਼ਕਲਾਂ ਨੇ ਮੁਸ਼ਕਲਾਂ ਦੇਖੋ ਨਾ ਜਦੋਂ ਇੱਕ ਜਨਾਨੀ ਆ ਤਾਂ ਉਹ ਮਤਲਬ ਦੇਖੋ ਨਾ ਬੁੱਲੇ ਸ਼ਾਹ ਨੇ ਨੱਚ ਕੇ ਯਾਰ ਮਨਾਇਆ ਸੀਗਾ ਜੀ ਤੇ ਅਸੀਂ ਅੱਜ ਗਾਣ ਗਾਂ ਨੱਚ ਗਾਉਂ ਕੇ ਤੇ ਅਸੀਂ ਆਪਣੇ ਬੱਚੇ ਪਾਲੀ ਜਾਣ ਡਏ ਤੇ ਆਪਣੇ ਘਰਾਂ ਬਾਰਾਂ ਵਾਲੇ ਸੁੱਖ ਸੁੱਖਾਂ ਮੰਗਣ ਡਏ ਵੀ ਸਾਨੂੰ ਆਹ ਵੀ ਮਿਲ ਜਾ ਸਾਨੂੰ ਆਹ ਵੀ ਮਿਲ ਜਾ ਉਹਨਾਂ ਨੇ ਮੁਰਸ਼ਦ ਮਨਾਇਆ ਸੀ ਨਾ ਤੇ ਅਸੀਂ ਤੇ ਇੱਕ ਉੱਧਰ ਨੂੰ ਤਾਂ ਤੁਰਦੇ ਨਹੀਂ ਗਏ ਅਸੀਂ ਤਾਂ ਅਸੀਂ ਗਾਣਾ ਹੀ ਸੋਫੀ ਗਾ ਰਹੇ ਹਾਂ ਜਾਂ ਅਸੀਂ ਆਪਣੇ ਪਰਿਵਾਰ ਵਿੱਚ ਹੀ ਕਰ ਰਹੇ ਨੇ ਉਹਨਾਂ ਨੇ ਯਾਰ ਬਣਾ ਲਿਆ ਸੀਗਾ ਤੇ ਅਸੀਂ ਤਾਂ ਇੱਧਰ ਨੂੰ ਤੁਰੇ ਹੋਏ ਕਿ ਸਾਡੀ ਆਹ ਧੀ ਵਿਆਹੀ ਜਾਵੇ ਆ ਸਾਡਾ ਪੁੱਤ ਵਿਆਹਿਆ ਜਾਵੇ ਆਹ ਸਾਡੇ ਘਰ ਵਾਲੇ ਨੂੰ ਕੁਛ ਨਾ ਹੋਵੇ ਆਹ ਸਾਨੂੰ ਚੀਜ਼ ਮਿਲਣੀ ਚਾਹੀਦੀ ਇਹਨਾਂ ਤਮਾਂ ਦੇ ਵਿੱਚ ਆ ਕੇ ਤੇ ਸਾਡਾ ਸੰਗੀਤ ਦਾ ਵੀ ਫਰਕ ਪੈ ਜਾਂਦਾ ਸਰੀਰ ਦਾ ਵੀ ਫਰਕ ਪੈ ਜਾਂਦਾ ਕਿ ਸੋਚਾਂ ਸੋਚ ਸੋਚ ਕੇ ਹੈ ਨਾ ਇਸ ਤਰ੍ਹਾਂ ਮੁਸ਼ਕਲਾਂ ਨਾਲ ਵੀ ਮੈਨੂੰ ਸਾਹਮਣੇ ਕਰਨੇ ਪੈ ਰਹੇ ਨੇ ਜੀ ਹੈ ਨਾ ਕਿਉਂਕਿ ਮਤਲਬ ਕਈ ਵਾਰੀ ਹੌਸਲਾ ਸੀਗਾ ਮੇਰੇ ਸਿਰ ਦੇ ਸਾਹੀ ਜਿਹੜੇ ਉਹ ਜਦੋਂ ਮੇਰੇ ਨਾਲ ਸਹਿਯੋਗ ਦਿੰਦੇ ਸੀ ਉਦੋਂ ਮੈਨੂੰ ਹੋਰ ਹੌਸਲਾ ਸੀਗਾ ਕਿ ਮੇਰੇ ਬੱਚੇ ਸਾਂਭਦੇ ਸੀ ਫਿਰ ਉਦੋਂ ਬਾਅਦ ਦੇ ਵਿੱਚ ਮੇਰੇ ਇਕੱਲੀ ਦੇ ਉੱਤੇ ਮਜਬੂਰੀਆਂ ਪੈ ਗਈਆਂ ਐਂ ਵੀ ਮੈਂ ਗਾਉਣਾ ਵੀ ਆ ਬੱਚੀਆਂ ਦੇ ਕੋਲ ਵੀ ਰਹਿਣਾ ਵਾਂ ਜਾਣਾ ਵੀ ਆ ਜਾਨੀ ਕਿ ਇੱਕਦਮ ਕਰਬਲਾ ਜੀ ਪੈ ਵੀ ਗਈ ਮੇਰੇ ਤੇ ਸੱਚ ਸੱਚ ਦੱਸਿਓ ਆਪਣਾ ਭਰਾ ਸਮਝ ਕੇ ਆ ਜਿੰਨੇ ਵੀ ਚੈਨਲ ਨੂੰ ਦੇਖ ਰਹੇ ਆ ਦਰਸ਼ਕ ਉਹਨਾਂ ਨੂੰ ਆਪਣੇ ਟੱਬਰ ਦੇ ਜੀ ਸਮਝ ਕੇ ਵੀ ਰੋਟੀ ਪਾਣੀ ਠੀਕ ਚੱਲਦਾ ਕਿ ਮੁਸ਼ਕਲ ਦੇ ਨਾਲ ਚੱਲਦਾ ਹਾਂ ਨਹੀਂ ਚੱਲਦਾ ਠੀਕ ਹੀ ਚੱਲਦਾ ਵਾ ਥੋੜਾ ਬਹੁਤਾ ਖੁਰ ਅੱਗੇ ਨਾ ਫਰਕ ਜਿਹਾ ਪੈ ਗਿਆ ਵੈਸੇ ਫਰਕ ਚੰਗੇ ਵਾਲੇ ਪਾਸੇ ਜਾਂ ਮਾੜੇ ਵਾਲੇ ਪਾਸੇ ਉੱਪਰ ਨੂੰ ਜਾਂ ਥੱਲੇ ਨੂੰ ਜਾਨੀ ਫਰਕ ਇਦਾਂ ਪੈ ਗਿਆ ਕਿ ਪ੍ਰੋਗਰਾਮ ਅਗੇ ਮਿਲ ਜਾਂਦੇ ਸੀਗੇ ਹੁਣ ਥੋੜੇ ਘਟ ਗਏ ਵਾ ਫਰਕ ਤਾਂ ਆਪੇ ਪੈ ਗਿਆ ਨਾ ਹਾਂ ਜਾਂ ਮਤਲਬ ਸਾਡੀਆਂ ਟੈਨਸ਼ਨਾਂ ਦੀਆਂ ਸਾਡੀਆਂ ਮਜਬੂਰੀਆਂ ਨੇ ਫਿਕਰਾਂ ਨਾਲ ਅਗਲੇ ਹਰ ਚੀਜ਼ ਦੇਖਦੇ ਆ ਜੀ ਕਿ ਕੋਈ ਬੱਚਾ ਜੇ ਗਾਉਣ ਵਾਲਾ ਬੰਦਾ ਤੇ ਉਹ ਮੇਰੀ ਆਵਾਜ਼ ਵੀ ਨਹੀਂ ਦੇਖਦੇ ਉਹ ਕਹਿੰਦੇ ਇਹਦੇ ਲੀੜੇ ਲੱਤੇ ਵਧੀਆ ਪਾਏ ਹੋਣੇ ਚਾਹੀਦੇ ਇਹ ਬੰਦਾ ਗਾਉਣ ਵਾਲਾ ਉਦਾਂ ਵੀ ਖੂਬਸੂਰਤ ਜਵਾਨ ਵੀ ਹੋਣਾ ਚਾਹੀਦਾ ਨਾ ਅੱਜ ਕੱਲ੍ਹ ਇਦਾਂ ਦਾ ਗਾਣਾ ਚੱਲ ਕਿੰਨਾ ਚਿਰ ਹੋ ਗਿਆ ਆ ਕਮਰੇ ਪਾਇਆਂ ਨੂੰ ਇਹਨਾਂ ਨੂੰ ਤਾਂ ਹੋ ਗਿਆ ਮੇਰੇ ਖਿਆਲ 'ਚ ਹੋਈ ਗਿਆ ਹੋਣਾ 8-7-8 ਕੁ ਮਹੀਨੇ ਹੋ ਗਏ ਤੁਸੀਂ ਕਹੋਗੇ ਵੀ ਨਿੱਜੀ ਗੱਲਾਂ ਪੁੱਛਦਾ ਮੇਰਾ ਹੱਕ ਨਹੀਂ ਬਣਦਾ ਪਲਸਤਰ ਕਰਾਉਣ ਜੋਗੇ ਪੈਸੇ ਹੈਗੇ ਕਿ ਨਹੀਂ ਨਾ ਨਾ
जमा भी कराया हुंदा कड़ के खा लेने सची गल दर्शकां दे सिर ते लांबा नहीं भी मैं चंगी गायकी नाल जुड़ी जां मेरे वर्गे कई होर चंगा गाउंदे आ पर तुसी साडी कदर नहीं कीती कदे कोई लांबा मन दे विच आया कि नहीं नहीं एदा कदी भी नहीं आ सकदा क्योंकि किसे दी जे किसे दा मुंह सोहणा वा तो अपना थप्पड़ मार के असीं थोड़ा कर सकदे आ कोई सोहणा वा गाउंदा सोहणा वा जां किसे दी कोठी ज्यादा सोहणी आ ओहदे अल वेख के असीं कदी भी नहीं करांगे लेकिन इन्ना इन्नी हो सकदी आ कि मालिक दी कृपा नाल कोई गल नहीं मैं हौसले नाल हौसला बड़ी चीज है हौसला रख के असीं तुरे फिरन दे तुसी चाहुंदे हो वी तुहाडे बच्चे वी इस लिहे पैण बच्चे वी इस किते दे विच आउण ते ओह वी गाउणा शुरू कर नहीं हुण मैं कुड़ियां नूं तां दो कुड़ियां सी मेरियां विआह दित्तियां इक्को कुड़ी रहि गई आ ओहनूं माड़ा मोटा शौंक ओहनूं मैं कहा तेरा दिल करदा दिल दी गायकी आ जे तेरा दिल करदा ते गावी नहीं ते बस ठीक है गाणियां विच वी जदों ओह कुड़ी वी विआही गई फिर तुहाडे कोले आसरा कौण आ सहारा कौण आ हां बस फिर मैं रब नूं इह कहणा कि मैनूं लोहे लोहे चक लवीं कि मैं दर दर ना लुकां ਨਹੀਂ ਅਸੀਂ ਤੁਹਾਡੀ ਲੰਮੀ ਉਮਰ ਦੀ ਕਾਮਨਾ ਕਰਦੇ ਹਾਂ ਜਿਹੜੇ ਸਰੋਤੇ ਨੇ ਉਹ ਤੁਹਾਡੇ ਪਰਿਵਾਰਕ ਮੈਂਬਰ ਬਣ ਕੁੜੀਆਂ ਦੇ ਘਰਾਂ ਦੇ ਵਿੱਚ ਨਾ ਤੇ ਮੈਂ ਰੱਬ ਨੇ ਘਰ ਬੁਆ ਜਾ ਦਿੱਤਾ ਤੇ ਜੇ ਮੈਂ ਮਰ ਵੀ ਗਈ ਤੇ ਮੈਂ ਰੱਬ ਕੋਲੋਂ ਮਤਲਬ ਮੇਰੇ ਘਰ ਜਿਹੜਾ ਸ਼ਾਹਕੋਟ ਘਰ ਬਣਿਆ ਇਸ ਕਰਕੇ ਵੇਚਿਆ ਵੀ ਮੈਨੂੰ ਆਕਸੀਜਨ ਵਾਸਤੇ ਵਿਹਲੀ ਜੀ ਵਿੱਚ ਤੁਰੀ ਫਿਰਾਂ ਤੇ ਚੁੱਲ੍ਹਾ ਜਿਹਾ ਬਣਿਆ ਹੋਵੇ ਤੇ ਉੱਥੇ ਅੰਨ ਪਾਣੀ ਜਿਹਾ ਇੱਦਾਂ ਖੁੱਲ੍ਹਾ ਜਿਹਾ ਆਪਣੀ ਐਸ਼ ਜੀ ਕਲਾਮ ਮੇਰੇ ਨਾਨੀ ਜੀ ਹਮੇਸ਼ਾ ਕਹਿੰਦੇ ਹੁੰਦੇ ਸੀ ਤੁਸੀਂ ਭਾਵਕ ਨਾ ਹੋਵੋ ਤੁਸੀਂ ਅੱਖਾਂ 'ਚ ਪਾਣੀ ਲੈ ਆਏ ਹੋ ਚਲੋ ਮਾਲਕ ਦੀ ਮੌਜ ਹੈ ਨਾ ਜਿੱਥੇ ਕਿੱਥੇ ਕਿਸੇ ਨੂੰ ਰੱਖਦਾ ਸੋਹਣਾ ਰੱਖਦਾ ਮੇਰੇ ਤੇ ਜਦੋਂ ਦੁੱਖ ਆਉਂਦਾ ਨਾ ਜਦੋਂ ਫਿਰ ਮੈਂ ਆਪਣਾ ਗਾਣੇ ਨੂੰ ਜਦੋਂ ਜਗਾਉਣੀ ਆ ਤੇ ਫਿਰ ਮੈਨੂੰ ਤੁਸੀਂ ਪੈਂਜੀ ਅੱਖਾਂ ਖੋਲੋ ਪਹਿਲਾਂ ਨਾ ਸਾਨੂੰ ਚੰਗਾ ਗਾਣਾ ਲੱਗਦਾ ਹੈ ਮੇਰਾ ਗਾਣਾ ਵਾ ਜਦੋਂ ਮੈਂ ਇਕੱਲੀ ਵੀ ਹੋਵਾਂ ਨਾ ਤੇ ਜਦੋਂ ਮੇਰਾ ਮਨ ਦੁਖੀ ਹੋਵੇ ਜਾਂ ਮੈਨੂੰ ਕੋਈ ਭੈਣ ਭਰਾ ਸੱਜਣ ਯਾਰ ਜਾਂ ਦੁਖੀ ਕਰਦਾ ਜਦੋਂ ਮੈਂ ਆਪਣੇ ਸੰਗੀਤ ਨੂੰ ਛੇੜ ਲੈਂਦੀ ਹਾਂ ਇਹਨਾਂ ਸੁਰਾਂ ਨੂੰ ਛੇੜ ਲੈਂਦੀ ਫਿਰ ਮੈਂ ਇੱਦਾਂ ਹੁੰਦੀ ਵੀ ਕਿ ਜਿੱਦਾਂ ਬਾਗ ਵਿੱਚ ਬੈਠੀ ਹਾਂ ਕੋਈ ਗੱਲ ਨਹੀਂ ਇਸ ਸੰਗੀਤ ਦਾ ਔਰ ਇਸ ਰੱਬ ਦਾ ਮੈਨੂੰ ਭਰੋਸਾ ਕਿ ਕੋਈ ਗੱਲ ਨਹੀਂ ਇੰਨੇ ਚੰਗੇ ਦਿਨ ਵੀ ਆ ਜਾਂਦੇ ਆ ਤੇ ਕਿਤੇ ਮਾੜਿਆਂ ਦਿਨਾਂ ਨਾਲ ਵੀ ਘੁਲਣਾ ਪੈਂਦਾ ਨਾ ਮਾੜੇ ਦਿਨ ਛੱਡ ਕੇ ਤੇ ਫਿਰ ਆਪਾਂ ਚੰਗੇ ਨੂੰ ਲੱਭੀ ਜਾਵਾਂਗੇ ਤੇ ਫਿਰ ਰੱਬ ਨੂੰ ਯਾਦ ਕਿੱਦਾਂ ਕਰਾਂਗੇ ਬਿਲਕੁਲ ਸਹੀ ਨੀ ਮੈਂ ਪੇਕਿਆਂ ਦੇ ਜਾਣਾ ਨੀ ਮੈਂ ਪੇਕਿਆਂ ਦੇ ਜਾਣਾ ਮੈਨੂੰ ਚਾਹ ਕੁੜੀਓ ਨੀ ਮੈਂ ਪੇਕਿਆਂ ਦੇ ਜਾਣਾ ਮੈਨੂੰ ਲੈਣ ਆਇਆ ਮੇਰਾ ਨੀ ਪੁਰਾ ਕੁੜੀਓ ਨੀ ਮੈਂ ਪੇਕਿਆਂ ਦੇ ਜਾਣਾ ਨੀ ਮੈਂ ਪੇਕਿਆਂ ਦੇ ਜਾਣਾ ਮੈਨੂੰ ਚਾਹ ਕੁੜੀਓ ਨੀ ਮੈਂ ਪੇਕਿਆਂ ਦੇ ਜਾਣਾ ਨੀ ਮੈਂ ਪੇਕਿਆਂ ਦੇ ਜਾਣਾ ਮੈਨੂੰ ਚਾਹ ਕੁੜੀਓ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਭੈਣ ਜੀ ਬਈ ਚੰਗੀ ਗਾਇਕੀ ਨੂੰ ਸੁਣਨਾ ਤੁਸੀਂ ਚਾਹੁੰਦੇ ਹੋ ਕਿ ਨਹੀਂ ਚਾਹੁੰਦੇ ਜੋ ਤੁਹਾਡੀ ਸਥਿਤੀ ਹੈ ਤੁਹਾਡੇ ਵਰਗੇ ਕਲਾਕਾਰਾਂ ਨੂੰ ਕਿਹੋ ਜਿਹਾ ਪਿਆਰ ਦੇਣ ਕੀ ਸੁਨੇਹਾ ਕੀ ਦੇਣਾ ਚਾਹੋਗੇ ਬੇਨਤੀ ਕੀ ਕਰਨੀ ਚਾਹੋਗੇ ਮੈਂ ਜ਼ਰੂਰ ਉਹਨਾਂ ਨੂੰ ਬੇਨਤੀ ਕਰਾਂਗੀ ਕਿ ਬਹੁਤ ਸਾਰਾ ਮਾਣ ਤਾਣ ਜਦੋਂ ਦਾ ਮੈਂ ਇਸ ਕੰਮ ਦੇ ਵਿੱਚ ਸੰਗੀਤ ਸਟੇਜਾਂ ਦੇ ਨਾਲ ਜਿਹਨਾਂ ਜਿੱਥੇ ਜਿੱਥੇ ਤੱਕ ਮੇਰੀ ਆਵਾਜ਼ ਗਈ ਆ ਔਰ ਜਿਹੜੇ ਜਿਹੜੇ ਮੈਨੂੰ ਪਿਆਰ ਕਰਦੇ ਨੇ ਉਹ ਜ਼ਰੂਰ ਮੈਨੂੰ ਆਪਣੇ ਪਿਆਰ ਦੇ ਨਾਲ ਆਪਣੇ ਇੰਟਰਵਿਊ ਜਿਹੜੀ ਮਤਲਬ ਚੈਨਲਾਂ ਰਾਹੀਂ ਫਿਰ ਆਪਣੇ ਆ ਫੇਸਬੁੱਕ 'ਤੇ ਫਿਰ ਆਪਣੇ ਟੈਲੀਵਿਜ਼ਨ ਰਾਹੀਂ ਫਿਰ ਆਪਣੇ ਰੇਡੀਓ ਤਾਹੀਂ ਵੀ ਜਾਣੀ ਜਿੱਥੇ ਜਿੱਥੇ ਤੱਕ ਵੀ ਮੇਰੀ ਆਵਾਜ਼ ਨੂੰ ਸੁਣਦੇ ਅਤੇ ਜ਼ਰੂਰ ਮੈਨੂੰ ਪਿਆਰ ਦੇਣ ਜ਼ਰੂਰ ਮੈਨੂੰ ਬੁਲਾਉਣ ਆਪਣੇ ਕੋਲ ਮੈਨੂੰ ਜ਼ਰੂਰ ਮੇਰੇ ਕੋਲ ਗਾਣਾ ਸੁਣਦੇ ਰਹਿਣ ਜੀ ਮੇਰੀ ਇਸ ਆਵਾਜ਼ ਨੂੰ ਜ਼ਿੰਦਾ ਰੱਖਣ ਕਿਉਂਕਿ ਮੈਨੂੰ ਸੁਣਨਗੇ ਅਤੇ ਮੈਂ ਇਕੱਲੀ ਵੀ ਗਾਉਂਦੀ ਫਿਰਾਂ ਅਤੇ ਫਿਰ ਮੇਰੀ ਕੀ ਗੱਲ ਅੱਗਿਓਂ ਮੈਨੂੰ ਜਿਹੜੇ ਮੇਰੇ ਸੁਣਵਈਏ ਨੇ ਉਹ ਮੈਨੂੰ ਸੁਣਨ ਤਾਂ ਫਿਰ ਹੀ ਮੇਰੀ ਜ਼ਿੰਦਗੀ ਹੈ ਨਾ ਜੀ ਵਾਹ
ਕੋਸ਼ਿਸ਼ ਕਰਦੇ ਆ ਜਿਹੜਾ 10 ਲੱਖ ਰੁਪਇਆ ਗਵਾਈਆ ਮੰਗਦਾ ਹੁੰਦਾ ਨਾ 25 ਸਿਫਾਰਿਸ਼ਾਂ ਪਵਾ ਕੇ ਕਹਿੰਦੇ ਇਹਦਾ 8 ਹੀ ਕਰਵਾ ਦੇ ਕਿਤੇ 7 ਹੀ ਕਰਵਾ ਦੇ ਕਿਤੇ ਜਿਹੜੀ ਇਹ ਕਲਾਕਾਰ ਆ ਅਸਲ ਕਲਾਕਾਰ ਜਦੋਂ ਇਹ 20,000 ਰੁਪਇਆ ਮੰਗਦੇ 10,000 ਰੁਪਇਆ ਮੰਗਦੇ 25,000 ਰੁਪਇਆ ਮੰਗਦੇ ਆ ਉਦੋਂ ਹੱਥ ਘੁੱਟ ਲੈਂਦੇ ਆ ਸਾਨੂੰ ਪਤਾ ਹੀ ਨਹੀਂ ਹੁੰਦਾ ਇਹ ਵਸਦੇ ਆ ਇਹ ਹੈਗੇ ਆ ਇਹ ਨਹੀਂ ਹੈਗੇ ਇਹ ਗਾਉਂਦੇ ਆ ਕਿ ਨਹੀਂ ਗਾਉਂਦੇ ਥੋੜਾ ਜਿਹਾ ਅਕਲ ਦੇ ਬੂਹੇ ਖੋਲ ਕੇ ਰੱਖਿਆ ਕਰ ਗਿਆ ਜੀ ਅਸੀਂ ਉਹਨਾਂ ਮਹਿੰਗੇ ਗਾਇਕਾਂ ਦੇ ਬਾਊਂਸਰਾਂ ਤੋਂ ਮੁੱਕੇ ਧੱਕੇ ਖਾਣੇ ਜ਼ਰੂਰ ਸਾਨੂੰ ਚੰਗੇ ਲੱਗਦੇ ਨੇ ਪਰ ਅਸਲ ਦੇ ਵਿੱਚ ਜਿਹੜੇ ਗਾਇਕ ਨੇ ਜਿਹੜੇ ਸੁਰਤਾਲ ਦੇ ਨਾਲ ਕੋਈ ਰਾਬਤਾ ਰੱਖਦੇ ਨੇ ਅਸੀਂ ਉਹਨਾਂ ਨੂੰ ਕਿਤੇ ਨਾ ਕਿਤੇ ਮਨੋ ਵਿਸਾਰਦੇ ਜਾ ਰਹੇ ਹਾਂ ਇਹ ਸਾਡੀ ਤਰਾਸਦੀ ਹੈ ਤੇ ਸਾਨੂੰ ਜ਼ਰੂਰ ਇਹਨਾਂ ਸਾਰਿਆਂ ਨੂੰ ਸਾਂਭ ਕੇ ਰੱਖਣਾ ਚਾਹੀਦਾ ਹੈ ਕਿਉਂਕਿ ਜੋ ਸੁਰਾਂ ਦਾ ਖਜ਼ਾਨਾ ਇਹਨਾਂ ਦੇ ਕੋਲ ਹੈ ਉਹ ਸ਼ਾਇਦ ਅੱਜ ਬਹੁਤ ਔਖਿਆਂ ਲੱਭੇ ਸੋ ਫਿਲਹਾਲ ਦੇ ਲਈ ਹੁਣ ਆਪਾਂ ਨੂੰ ਜਾਣਾ ਪਏਗਾ ਤੇ ਪ੍ਰੋਗਰਾਮ ਨੂੰ ਇੱਥੇ ਸਮੇਟਣਾ ਪਏਗਾ ਬੜਾ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਤੁਹਾਡੇ ਗੀਤ ਸੁਣ ਕੇ ਬਹੁਤ ਮਜ਼ਾ ਆਇਆ ਦੁਬਾਰਾ ਜਦੋਂ ਕਿਤੇ ਪਰਮਾਤਮਾ ਨੇ ਚਾਹਿਆ ਤਾਂ ਫਿਰ ਅਸੀਂ ਤੁਹਾਡੇ ਵਿਹੜੇ ਦੇ ਵਿੱਚ ਦਸਤਕ ਦੇਵਾਂਗੇ ਤੇ ਤੁਹਾਡੀ ਲੰਮੀ ਉਮਰ ਦੀ ਕਾਮਨਾ ਕਰਦੇ ਅਸੀਂ ਤੁਸੀਂ ਗਾਉਂਦੇ ਰਹੋ ਹੌਸਲਾ ਨਾ ਹਾਰਿਓ ਤੁਹਾਡੇ ਨਾਲ ਆ ਜਿੰਨੇ ਜੋਗੇ ਆ ਠੀਕ ਹੈ ਸ਼ੁਕਰੀਆ ਜੀ ਤੁਸੀਂ ਜਿੰਨੇ ਕਦਮ ਆਏ ਹੋ ਲੱਖ ਲੱਖ ਸ਼ੁਕਰ ਹੈ ਜੀ ਤੇ ਬਹੁਤ ਬਹੁਤ ਸ਼ੁਕਰੀਆ ਬੜਾ ਹੌਸਲਾ ਅੱਜ ਬੜਾ ਪਿਆਰ ਮਿਲਿਆ ਮੈਨੂੰ ਇਸ ਤਰ੍ਹਾਂ ਲੱਗਾ ਕਿ ਮੈਂ ਲੋਹੀਆਂ ਨਹੀਂ ਮੈਂ ਆਪਣੇ ਸ਼ਾਹਕੋਟ ਵਿੱਚ ਹੀ ਹਾਂ ਕਿਉਂਕਿ ਮੈਨੂੰ ਮੇਰਾ ਸ਼ਾਹਕੋਟ ਦਾ ਬਹੁਤ ਹੀ ਨਾਂ ਉੱਚਾ ਹੋਇਆ ਨੇ ਬਹੁਤ ਮਾਲਕ ਦੀ ਕਿਰਪਾ ਹੋਈ ਨੇ ਮੇਰੇ 10-20 ਸਾਲ ਅੱਛੇ ਬਹੁਤ ਨਿਕਲੇ ਨੇ ਤੇ ਹੁਣ ਵੀ ਮੈਨੂੰ ਸ਼ਾਹਕੋਟ ਨਾਲ ਇਸ਼ਕ ਆ ਮੈਨੂੰ ਪਿਆਰ ਹੈ ਕਿ ਜਿਹਨੇ ਮੇਰਾ ਨਾਂ ਉੱਚਾ ਕੀਤਾ ਤੇ ਇੱਦਾਂ ਦੇ ਚੈਨਲਾਂ ਵਾਲੇ ਜਿੰਨੇ ਵੀ ਆਪਣੇ ਪਿਆਰ ਵਾਲੇ ਸਾਰੇ ਸੈਦਪੁਰੀ ਜੀ ਜਿਹੜੇ ਨੇ ਉਹਨਾਂ ਨੇ ਬਹੁਤ ਨਾਂ ਉੱਚਾ ਕੀਤਾ ਔਰ ਜਿੰਨੇ ਵੀ ਮੇਰੇ ਸੁਣਵਈਏ ਨੇ ਉਹਨਾਂ ਦਾ ਭਲਾ ਕਰੇ ਦਾ ਸ਼ੁਕਰੀਆ ਜੀ ਸੋ ਫਿਲਹਾਲ ਦੇ ਲਈ ਪ੍ਰੋਗਰਾਮ ਨੂੰ ਇੱਥੇ ਹੀ ਸਮੇਟਦੇ ਹਾਂ ਜੀ ਪ੍ਰਤੀਕਿਰਿਆ ਆਪਣੀ ਸਾਡੇ ਤੱਕ ਜ਼ਰੂਰ ਪਹੁੰਚਾਇਓ ਸਾਨੂੰ ਤਿੰਨਾਂ ਦੇ ਇਜਾਜ਼ਤ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਕਰਾਂਗੇ ਸਤਿ ਸ਼੍ਰੀ ਅਕਾਲ ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਜੱਜ ਦਾ ਵਿਚਾਰ